ਸਤਿ ਸ੍ਰੀ ਅਕਾਲ ਤੇ ਵੈਲਕਮ ਟੂ ਆਲ। ਇਹ ਫੋਨ ਕਿਹਦਾ ਵੱਜ ਰਿਹਾ? ਉਹ ਭਾਅ ਜੀ ਤੁਹਾਡਾ ਵੱਜਦਾ ਪਿਆ। ਸੌਰੀ ਸੌਰੀ। ਹਾਂਜੀ ਹਾਂਜੀ ਚਾਚਾ ਜੀ, ਆ ਮੈਨੂੰ ਪਤਾ ਪਤਾ, ਲੰਡਨ ਵਾਲੇ ਚਾਚਾ ਜੀ ਬੋਲ ਰਹੇ। ਹਾਂਜੀ ਬੋਲੋ। ਅੱਛਾ, ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਜੀ ਕਰਦਾ, ਤੇ ਕਿਹੜੀ ਮਾਂ ਨੇ ਕਿਹਾ ਸੀ ਪੰਜਾਬ ਛੱਡ ਕੇ ਜਾਓ ਕੀ? ਅੱਛਾ, ਕੋਈ ਪੰਜਾਬ ਤੋਂ ਆਵੇ ਤੇ ਉਹਦੇ ਹੱਥ 5 ਕਿਲੋ ਪੰਜਾਬ ਦੀ ਮਿੱਟੀ ਭੇਜਾਂ ਮੈਂ? ਵਾਹ ਵਾਹ, ਇਹ ਸ਼ੱਕਰ ਦੀ ਥਾਂ ਤੇ ਚਾਹ 'ਚ ਪਾ ਪਾ ਕੇ ਪੀਣੀ ਹੈ। ਇੰਨੀ ਪੰਜਾਬ ਦੀ ਮਿੱਟੀ ਯਾਦ ਆ ਰਹੀ ਤੁਹਾਨੂੰ? ਕਿਹਨੇ ਕਿਹਾ ਸੀ ਪੰਜਾਬ ਛੱਡ ਕੇ ਜਾਓ ਜੇ ਇੰਨੀ ਮਿੱਟੀ ਚੰਗੀ ਲੱਗਦੀ ਸੀ? ਇੱਥੇ ਕੋਈ ਰਹਿ ਗਏ ਨੇ ਰਾਜੀ? ਜਿਹਨੂੰ ਪੁੱਛ ਕੇ ਵੇਖੋ, ਅਸੀਂ ਕੈਨੇਡਾ ਚੱਲੇ ਹਾਂ, ਅਸੀਂ ਅਮੈਰੀਕਾ ਚੱਲੇ ਹਾਂ, ਅਸੀਂ ਇੰਗਲੈਂਡ ਚੱਲੇ ਹਾਂ। ਹਾਂ ਹਾਂਜੀ, ਨਹੀਂ ਨਹੀਂ ਅਸੀਂ ਆਸਟ੍ਰੇਲੀਆ ਚੱਲੇ ਹਾਂ। ਬਸ PR ਆ ਗਈ, ਸਾਰੇ ਉੱਧਰ ਹੀ ਸੈਟਲ ਹੋ ਜਾਣਾ ਅਸੀਂ। ਹਾਂਜੀ, ਅੱਛਾ ਚਾਚਾ ਜੀ, ਆ ਭੇਜਾਂਗਾ, ਮਿੱਟੀ ਭੇਜਾਂਗਾ ਮੈਂ, ਛਕ ਲਿਓ ਸਾਰੇ, ਖਾਇਓ ਰਲ ਕੇ ਤੇ। ਹਾਂਜੀ, ਕਿੱਡੀ ਮਿੱਟੀ ਯਾਦ ਆਉਂਦੀ ਇਹਨਾਂ ਨੂੰ ਬਾਹਰ ਜਾ ਕੇ। ਖੈਰ, ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਇਸ ਫੇਵਰੇਟ ਸ਼ੋਅ ਹੱਸਦਿਆਂ ਦੇ ਘਰ ਵਸਦੇ ਦੇ ਵਿੱਚ ਇੱਕ ਵਾਰੀ ਫੇਰ ਮੈਂ, ਯਾਨੀ ਤੁਹਾਡਾ ਆਪਣਾ ਖਾਦਮ ਗੁਰਪ੍ਰੀਤ ਘੁੱਗੀ, ਪੁਰਜ਼ੋਰ ਸਵਾਗਤ ਕਰਦਾ ਜੀ। ਵੈਸੇ ਗੱਲ ਮਜ਼ਾਕ ਦੀ ਨਹੀਂ, ਵਾਕਈ ਲੋਕ ਇੱਥੋਂ ਦੇ ਸਿਸਟਮ ਤੋਂ ਤੰਗ ਹੋ ਕੇ ਬਾਹਰ ਨੂੰ ਭੱਜੇ ਜਾ ਰਹੇ, ਹਾਲਾਂਕਿ ਸਿਸਟਮ ਖਰਾਬ ਵੀ ਅਸੀਂ ਕਈ ਵਾਰ ਆਪ ਹੀ ਕਰਦੇ ਹਾਂ, ਫਿਰ ਕਸੂਰ ਸਿਸਟਮ ਦਾ ਕੱਢਦੇ ਹਾਂ। ਔਰ ਉੱਥੇ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਲੋਕਾਂ ਨੇ ਆਪ ਬਹੁਤ ਸਹੀ ਕਰਕੇ ਰੱਖੀਆਂ ਨੇ, ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਉੱਥੇ ਇੱਜ਼ਤ ਹੈ। ਉੱਥੇ ਤੁਸੀਂ ਆਪਣੇ ਬੱਚੇ ਨੂੰ ਘੂਰੀ ਤੱਕ ਨਹੀਂ, ਐਡੇ ਕੁ ਬੱਚੇ ਨੂੰ ਆ ਬੈਠੇ ਸਾਹਮਣੇ ਨਿਕਾਹ ਜਿਹਾ। ਹੈਲੋ, ਹਾਊ ਆਰ ਯੂ? ਆ ਕਿੱਡੇ ਬੱਚੇ ਸ਼ਰੀਫ ਹੁੰਦੇ, ਕੋਈ ਬੁਲਾਵੇ ਤੇ ਕੁਰਸੀ 'ਚ ਵੜਦੇ ਜਾਂਦੇ। ਦੱਸ ਵੀ ਮੈਂ ਤੈਨੂੰ ਖਿੱਚ ਲੈਣ ਲੱਗਾ ਇੱਧਰ, ਬੇਟੇ ਗੱਲ ਕਰ ਰਹੇ ਹਾਂ। ਪਰ ਬੱਚੇ ਹੁਣ ਇੱਥੋਂ ਦੇ ਵੈਸੇ ਸਮਾਰਟ ਬੜੇ ਹੋ ਗਏ ਨੇ, ਪਤਾ ਨਹੀਂ ਕਿੱਥੋਂ ਤੁਸੀਂ ਐਡਾ ਸੰਗਣ ਵਾਲਾ ਲੈ ਆਉਂਦਾ। ਮੈਂ ਪਿੱਛੇ ਇੰਗਲੈਂਡ ਗਿਆ, ਆਪ ਹੀ ਦੱਸੀ ਜਾਵੇ, ਕਹਿੰਦਾ ਅੰਕਲ ਕਿੱਦਾਂ ਮੇਰਾ ਡੈਡ ਕਿੱਦਾਂ ਬਹੁਤ ਕੰਜੜ ਆ, ਕਿਤੇ ਸ਼ਾਮ ਨੂੰ ਦਾੜੂ ਪੀ ਕੇ ਕੱਟ ਕਲੇਸ਼ ਕਰਦਾ ਆ। ਕਹਿੰਦਾ ਮੈਂ ਕਿੱਦਾਂ ਮੋਮ ਨੂੰ ਕਹਿੰਦਾ ਜਾਂ ਕਿੱਦਾਂ ਡੈਡ ਛੱਡ ਦੇ ਹੋੜ ਲਿਆ। ਕਹਿੰਦੀ ਮਰਜ਼ੇ ਬਾਜ਼ਾਰੋਂ ਮਿਲਦਾ ਹੋਰ ਲਿਆਵਾਂ, ਕਿੱਥੋਂ ਲਿਆਦਾ ਤੈਨੂੰ ਨਵਾਂ ਡੈਡੀ, ਨਵਾਂ ਡੈਡੀ ਚੱਲ ਜੂ ਤੈਨੂੰ। ਕਹਿੰਦਾ ਤੇਰੇ ਨਾਲ ਕਿੱਦਾਂ ਦੇਖ ਲਾ, ਤੂੰ ਐਡਜਸਟ ਕਰ ਸਕਦੀ ਆ, ਮੈਂ ਤਾਂ ਕਿੱਦਾਂ ਡੈਡੀ ਕਹਿਣਾ, ਕਿਸੇ ਨੂੰ ਵੀ ਕਹਿ ਲਓ, ਕਿਹਨੂੰ ਕਹੇਂਗੀ ਮੈਂ ਕਹਿ ਲੈਣਾ। ਉੱਥੇ ਤਾਂ ਲੋਕ ਕੁੱਤੇ ਨੂੰ ਸੈਰ ਕਰਾਉਣ ਲੈ ਕੇ ਜਾਂਦੇ ਹਨ, ਅਤੇ ਹੱਥ ਦੇ ਵਿੱਚ ਉਹਨਾਂ ਲਿਫਾਫਾ ਪੁੱਠਾ ਕਰਕੇ ਚਾੜਿਆ ਹੁੰਦਾ, ਜਿੱਥੇ ਕੁੱਤੇ ਨੇ ਡਾਲਾ ਝਾੜਨਾ ਪਹਿਲਾਂ ਕਰੇਨ ਅੱਗੇ ਕਰ ਦਿੰਦੇ ਆ। ਅਤੇ ਸਾਡੇ ਐਡੇ ਮੀਸਣੇ ਨੇ ਆਪ ਕਿਸੇ ਦੀ ਕੰਧ ਗਿੱਲੀ ਕਰਕੇ ਕੁੱਤੇ ਦਾ ਨਾਂ ਲਾ ਦੇਣਗੇ, ਪਤਾ ਨਹੀਂ ਕੌਣ ਕਰ ਗਿਆ ਯਾਰ। ਸੋ ਅਸੀਂ ਲਾਊਡ ਬੜੇ, ਸਾਡੇ ਫਿਲਮਾਂ ਦੇ ਵਿੱਚ ਵੀ ਤਾਂ ਵੇਖਿਆ ਨਾ, ਬੰਦਾ ਮਾਰਨਾ ਪੌਣਾ ਘੰਟਾ ਗੱਲਾਂ ਹੀ ਕਰੀ ਜਾਣਗੇ, ਤੈਨੂੰ ਉੱਥੇ ਮਾਰਾਂਗਾ ਜਿੱਥੇ ਪਾਣੀ ਨਾ ਮਿਲੇ। ਵੀ ਦੱਸ ਉਹਨੇ ਸੁੱਖਿਆ ਵੀ ਮੈਂ ਮਰਨ ਤੋਂ ਪਹਿਲਾਂ ਪਾਣੀ ਪੀਣਾ, ਲਿਆ ਮੇਰੀ ਬੰਦੂਕ, ਬੰਦਾ ਰੱਖਿਆ ਤੂੰ ਬੰਦੂਕ ਲਿਆਉਣ ਵਾਲਾ, ਘਰੋਂ ਲੈ ਕੇ ਆ। ਫਿਰ ਬੰਦੂਕ ਕੈਚ ਕਰਦਾ, ਫਿਰ ਹੱਥ ਕਰਦਾ, ਫਿਰ ਕੋਈ ਰਾਊਂਡ ਫੜਾਉਂਦਾ ਉਹਨੂੰ, ਫਿਰ ਉਹ ਰਾਊਂਡ ਭਰਦਾ, ਮਰਨ ਲਈ ਤਿਆਰ ਹੋ ਜਾ। ਦੱਸ ਉਹ ਵਾਲ ਵਾਵੇ ਮਰਨ ਤੋਂ ਪਹਿਲਾਂ, ਉਹ ਕੰਘੀ ਕਰੇ ਭਾ, ਪਾਊਡਰ ਲਾਵੇ, ਕਿੱਦਾਂ ਤਿਆਰ ਹੋਵੇ ਦੱਸ, ਅਗਲਾ ਟਾਈ ਲਾਵੇ, ਠਹਿਰ ਜਾਓ। ਉੱਥੇ ਮੈਂ ਵੇਖਿਆ ਗੋਰਿਆਂ ਦੀ ਫਿਲਮਾਂ ਦੇ ਵਿੱਚ ਵੇਖੀਦਾ, ਲਿਫਟ ਦੇ ਵਿੱਚ ਇੱਕ ਬੰਦਾ ਜਾ ਰਿਹਾ ਹੁੰਦਾ, ਰਸਤੇ 'ਚੋਂ ਇੱਕ ਬੰਦਾ ਲਿਫਟ 'ਚ ਚੜ੍ਹਦਾ, ਉਤਰਨ ਲੱਗਾ, ਹੌਲੀ ਜਿਹੀ ਸਾਇਲੈਂਸਰ ਅੱਗੇ ਲੱਗਾ, ਇੱਥੋਂ ਗੋਲੀ ਮਾਰ ਜਾਂਦਾ। ਗੋਲੀ ਦੀ ਆਵਾਜ਼ ਇੰਨੀ ਆਵਾਜ਼ ਵੀ ਨਹੀਂ ਆਉਂਦੀ ਜਿੰਨੀ ਤੂੰ ਕੱਢੀ, ਸਾਇਲੈਂਸਰ ਵਾਲੀ ਗੋਲੀ ਚਲਾ, ਇੱਥੋਂ ਜੇ ਗੋਲੀ ਮਾਰ, ਇੰਨੀ ਕੁ ਆਵਾਜ਼ ਆਉਂਦੀ, ਜਿਹਨੂੰ ਗੋਲੀ ਵੱਜੀ ਹੈ ਉਹਦੇ ਅੰਦਰ ਵੀ ਇੰਨੀ ਰਿਸਪੈਕਟ ਹੈ ਕਿ ਰਾਤ ਦੇ 2:30 ਵਜੇ ਨੇ, ਆਲੇ ਦੁਆਲੇ ਲੋਕ ਸੁੱਤੇ ਨੇ, ਉਹ ਵੀ ਇੰਨੀ ਕੁ ਆਵਾਜ਼ ਕਰਦਾ, ਆ ਇੰਨੇ ਲਾਊਡ ਨੇ ਸਾਡੇ ਲੋਕ। ਉੱਥੇ ਕਿਸੇ ਦੇ ਮੁੰਡਾ ਜੰਮੇ ਤੇ ਮਹੀਨੇ ਬਾਅਦ ਪਤਾ ਲੱਗਦਾ, ਗੁਆਂਢੀ ਜਦੋਂ ਵਾਕਰ 'ਚ ਲੈ ਕੇ ਨਿਕਲਦੇ, ਇਹ ਕਦੋਂ ਹੋਇਆ, ਕਹਿੰਦੇ ਮਹੀਨਾ ਹੋ ਗਿਆ। ਅਗਲਿਆਂ ਦੇ ਮੁੰਡਾ ਕੁੜੀ ਧੀ ਬੱਚਾ ਜੋ ਅਜੇ ਉਹ ਦੱਸਦੇ ਨਹੀਂ, ਗਲੀ ਗੁਆਂਢ 'ਚ ਹੌਲੀ ਹੌਲੀ ਪਤਾ ਲੱਗਦਾ, ਅਤੇ ਸਾਡੇ ਪੂਰੇ ਪਿੰਡ 'ਚ ਪਤਾ ਲੱਗਦਾ ਜਦੋਂ ਨਾਜਰ ਸਿੰਘ ਨੇ ਬਾਹਰ ਫੋਨ ਲਾਇਆ ਹੁੰਦਾ, ਉਹ ਮੱਝ ਸੂਪਾ ਹੀ ਕੱਟੀ ਦਿੱਤੀ, ਕੱਟੀ ਚੰਗੀ ਨਰੋਈ ਆ ਕੇ। ਤੁਸੀਂ ਹੁਣ ਮੈਨੂੰ ਤਾਂ ਇੰਜੋਏ ਕਰ ਹੀ ਰਹੇ ਸੀ, ਪਰ ਹੁਣ ਆ ਰਹੇ ਨੇ ਮੇਰੇ ਬੜੇ ਦਿੱਗਜ ਸਟੂਡੈਂਟ, ਯਾਨੀ ਕਿ ਪਿਛਲੇ ਕਈ ਸਾਲਾਂ ਤੋਂ ਮੇਰੀ ਵਧੀਆ ਐਕਟਿੰਗ ਅਕੈਡਮੀ ਦੇ ਵਿੱਚ ਜਿਹੜੇ ਟ੍ਰੇਨਿੰਗ ਲੈ ਰਹੇ ਨੇ, ਕੁਝ ਸਟੂਡੈਂਟ ਐਸੇ ਨੇ 27-28 ਸਾਲ ਤੋਂ ਇੱਥੇ ਟ੍ਰੇਨਿੰਗ ਲੈ ਰਹੇ ਨੇ ਐਕਟਰ ਬਣਨ ਵਾਸਤੇ, ਪਰ ਅਜੇ ਤੱਕ ਬਣ ਨਹੀਂ ਪਾਏ, ਇਹ ਵਾਲੀ ਟ੍ਰੈਜਡੀ ਹੈ ਵਿਚਾਰਿਆਂ ਦੀ, ਕੋਈ ਗੱਲ ਨਹੀਂ। ਦੇਖਦੇ ਹਾਂ ਮੇਰੇ ਪਿਆਰੇ ਵਿਦਿਆਰਥੀ, ਮੇਰੇ ਪਿਆਰੇ ਸਟੂਡੈਂਟਸ, ਕਿੰਨਾ ਖਸਾਉਂਦੇ ਆ ਤੁਹਾਨੂੰ। ਉਹ ਭੋਲੂ ਕਿੱਥੇ ਰਹਿ ਗਿਆ ਏ?
ਹਾਂਜੀ ਹੋ ਗਿਆ ਤੁਹਾਡਾ ਰਿਪੇਅਰ ਜੀ ਮੋਬਾਈਲ, ਕੋਈ ਟੈਨਸ਼ਨ ਕਿਉਂ ਲੈਂਦੇ ਹੋ? ਓਏ ਹਾਂਜੀ ਹਾਂਜੀ ਮਿਲ ਜਾਏਗਾ ਸਰ ਜੀ, ਸ਼ਾਮ ਤੱਕ ਮਿਲ ਜਾਏਗਾ, ਟੈਨਸ਼ਨ ਨਾ ਲਓ। ਹਾਂਜੀ ਇੱਕ ਮਿੰਟ ਹੋਲਡ ਰੱਖਿਓ। ਓਏ ਇੱਕ ਮਿੰਟ ਉਸਤਾਦ ਜੀ, ਕੀ ਸਿਖਾਇਆ ਇਹਨੂੰ? ਨਹੀਂ ਉਹਨੂੰ ਤਾਂ ਕੀ ਸਿਖਾਇਆ, ਤੈਨੂੰ ਕੀ ਸਿਖਾਇਆ? ਆਹ ਕਿਹੜਾ ਤਰੀਕਾ ਫੋਨ ਸੁਣਨ ਦਾ? ਮੈਨੂੰ ਹੁੰਦੀ ਕਿ ਤੇਰਾ ਫੋਨ ਚੋਂਦਾ। ਬਿਲਕੁਲ ਸਹੀ, ਲੋ ਮੋਬਾਈਲ ਲੈ ਲਓ ਜਿੰਨੇ ਲੈਣੇ ਆ ਬਈ। ਉਹ ਦੇਖ ਥੱਲੇ ਡਾਟਾ ਕਰ ਪਈ ਹੋਣੀ, ਇੱਧਰ ਦੀ ਸਾਈਡ ਇੱਧਰ ਵੇ। ਹੋ ਗਈ ਕੀ ਕਰੀਏ ਕੀ ਕਰੀਏ, ਨੈਣੋ ਮੈਂ ਕਿਸੇ ਕੇ ਖੋ ਗਈ, ਕੀ ਕਰੀਏ ਕੀ ਕਰੀਏ। ਆ ਬੱਲੇ ਬੱਲੇ ਪੰਜਾਬੀ ਮੁੰਡਾ, ਆ ਜਾਓ ਬਾਊ ਜੀ ਚੁੰਗੀ ਮਿਹਰਬਾਨ, ਘੰਟਾਘਰ ਬੱਸ ਅੱਡਾ, ਘੰਟਾਘਰ ਬੱਸ ਅੱਡਾ, 15 ਰੁਪਈਆ ਕੁੜੀ ਕੇ ਲਈ 5 ਰੁਪਏ ਡਿਸਕਾਊਂਟ। ਅਰੇ ਸਰਦਾਰ ਜੀ, ਜੈਰਾਮ ਜੀ ਕੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੈਸੇ ਹੋ? ਬਹੁਤ ਬੜੀਆ, ਜਲੰਧਰ ਲੈ ਚਲੇ ਬਾਊ ਜੀ, ਦੁਆਬਾ ਕਾਲਜ। ਰਾਮ ਖਿਲਾਵਨ ਹੈ ਨਾ ਨਾਮ ਤੁਹਾਡਾ? ਅਰੇ ਬਾਊ ਜੀ, ਅਬ ਤੋ ਆਪ ਨਹੀਂ ਰੱਖਾ ਥਾ ਬਾਊ ਜੀ, ਯਾਰ ਪਹਿਚਾਨ ਗਏ। ਹਾਂ, ਉਹ ਬੈਂਕ ਵਾਲੇ ਪੁੱਛ ਰਹੇ ਥੇ ਕਿਸ਼ਤ ਦੇਣੇ ਨਹੀਂ ਆਏ ਤੁਮ ਇਸਕੀ। ਉਹ ਬੈਂਕ ਮੇ ਗਰੰਟੀ ਮੇਰੀ ਹੈ ਨਾ, ਜਹਾਂ ਸੇ ਲੋਨ ਲਿਆ ਰਿਕਸ਼ੇ ਕੀ। ਅਰੇ ਕਿਆ ਬਾਤ ਹੈ ਸਰਦਾਰ ਜੀ, ਹਮੇ ਬਹੁਤ ਪਿਆਰ ਕਰਤਾ ਹੈ, ਜਹਾਂ ਪੇ ਇਨਕਾ ਕੋਠੀ ਹੈ, ਸਾਹਮਣੇ ਹਮ ਕੁਆਟਰ ਲੈ ਕੇ ਰਹਿਤੇ ਹੈ। क्वार्टर मतलब कमरा, दूसरा क्वार्टर नहीं भैया। अरे दुकान है, इंग्लिश में लिखा है। घंटा घर छोड़ रहा है भाऊ, घंटा घर आओ 15 रुपया। दुकान खुली छड़ गई, चल जाइए घंटा घर, सानू भी काम होते। पंजाब का सारा मुंडा देखो, खेती बाड़ी दुकान छोड़ के कैनेडा अमेरिका चल गया, बोल रहे दुकान नहीं छोड़ के जा सकते। ओ भैया जी, हाँ क्या चाहिए तुमको, की लेना है? मोबाइल का दुकान है भाऊ जी। हाँ नहीं, जलेबियां का डंडे कर दे 1.5 किलो पैक। नाल हरी चटनी दे दे मैं नू। जलेबी के साथ हरी चटनी? हाँ, इंसान है के एलियन है तू भाई, क्या खाता है? हाँ 10 बजे काम करन दे भरावा सानू, एक मिनट एक मिनट भाऊ जी। भाऊ जी फिल्म भर देता है मोबाइल में। हाँ फिल्म का देते हैं यार, ला फिल्म दी घड़ी गल के जो काट के दे नू। कौन सी फिल्म लेना चाहते हो तुम? पंजाबी फिल्म भर देगा वो थोड़ा। भोजपुरी फिल्म रखा है? भोजपुरी अपने को सारियां पई हैं, सब पड़ा है। ये है अब जीजा खिलाए पिज्जा। ये नहीं है कि कोई और दस्त। गरीबों का अमिताभ है, मिथुन सैया लगे सेक्सी जब करे दातुन। लो जी हैगी दस की, मैं लगता दातुन करके निकल गया अगला। लो जी और दस, और दस तू। हाँ खाना खाए थाली में, प्यार करे नाली में। ਇਹ ਫਿਲਮ ਹੈਗੀ ਆ ਪਰ ਇੱਕ ਸ਼ਰਤ ਤੇ ਮਿਲੇਗੀ, ਤੈਨੂੰ ਦੇਖਣੀ ਵੀ ਨਾਲੀ ਜੀ ਬੈਗ ਪੈਣੀ ਹੈ। ਨਹੀਂ ਨਹੀਂ ਮੈਂ ਕਹਿੰਦਾ ਉਸਤਾਦ ਜੀ ਗੱਟਰ ਖੁਲਾ ਦਿੰਦੇ, ਪ੍ਰਾਈਵੇਸੀ ਰਹਿੰਦੀ ਥੋੜੀ ਜੀ। ਟਾਈਮ ਖੋਟੀ ਕਰਾ, ਬਾਗ ਮਾਰ ਕੇ ਲਪੜਾ। ਰਿਕਸ਼ਾ ਦੇਖ ਕੇ ਮਾਰਾ ਮੈਂ ਸਮਝਾ ਮਾਮੂਲੀ ਆਦਮੀ ਹੈ ਬਾਊ ਜੀ। ਹਾਂ ਹਮਾਰਾ ਬੜਾ ਬੜਾ ਜੱਟ ਕੇ ਸਾਥ ਉੱਠਣਾ ਬੈਠਣਾ ਹੈ। ਹੈਲੋ ਓਏ, ਉਹ ਜਿਹਨੂੰ ਤੂੰ ਉੱਠਣੀ ਬੈਠਣੀ ਕਹਿੰਦੇ ਨਾ, ਉਹਨੂੰ ਦਿਹਾੜੀ ਕਹਿੰਦੇ ਆ। ਇਸੀ ਉੱਠਣੀ ਬੈਠਣੀ ਕਹਿ ਰਿਹਾ, ਪੰਜਾਬ ਚੱਲ ਰਿਹਾ ਹੈ, ਤੁਹਾਰੇ ਭਰੋਸੇ ਹੋਤਾ ਤਾਂ ਕਬ ਕੋ ਬਿਹਾਰ ਬਣ ਗਿਆ ਹੋਤਾ। सरदार जी हमको ऐसे समझ रहा है बहू जी, ऐसा हाँ। बात नहीं, हम बहुत कलाकार आदमी है। हाँ मुझे पता है। ये हमको कहते हैं गोली, दिलजीत के बाद पंजाब में तू ही है। हाँ। अच्छा ये सरदार जी ने कहा था आपको? हाँ, वो दिलजीत चला गया ना, फ्लाइट फट गए थे, पांच में बाहर रह गए। मैं दिलजीत तो बात तू ही है। उदा तो मेनू बड़े जने ने कहा तू जिमी शेर गिल लगदा। चलो जिसने भी कहा ठीक है, तुम तो समझदार हो, क्यों ध्यान भटका दिया अपना? ओए मैं बिल्कुल ध्यान नहीं रखना, जब मैं तेरे कन्ना दे 4-5 कंटीन्यूअसली छड़ियां बोली जाना, छड़दा तू है नहीं। ओ यार छड़ा कि मेनू अगो डर पैंदा, ये जूती लेके पैंदा, की करा मैं? ऐसा बात नहीं, हमने वो देखो सीट के नीचे हाकी भी रखा हुआ है बहू जी। ओलंपिक्स से जाना तो हाकी रखी है। हमारा जैसा मुंह है ऐसे हम स्टोव में तेल डालता है ऐसे कूपी से। लावी जड़ी ये गल ने सच्ची कही है ना, ए मेरे दिल नु गल लग गई है, हूं तू अगली गल दूंगा। मेरी गल सुन ला, दिमाग खराब ना कर, साडा अगे बड़ा दिमाग खराब होया सवेर दा, गा कोई आया नहीं, उतो तू रोला पाया होया, दिमाग खराब हो गया। हमारे होते काहे चिंता, बैठो भाई बैठो, अभी हमने मनोरंजन का सरदार जी वही सुना दे, नौटंकी जो आपका शादी में किए थे। भैया 20 रुपए का बजाना। मजे तो गोली यादव की तरफ से सबको राम राम, नमस्कार, सत श्री अकाल और पॉपी ट्वेल। अरे भैया, अरे हाथ से बजता नहीं ताली है, मोबाइल दे के जीजा संग भागी साली है। अरे सुरेंद्र मैं रखिए बड़ा, अच्छा वन्नी तोहरे चाल पे, अठन्नी तोहरे गाल पे, रुपया तोहरे माल पे, ਚਵਨੀ ਤੋਹਰੇ ਚਾਲ ਪੈ, ਅਠੰਨੀ ਤੋਹਰੇ ਗੱਲ ਪੈ, ਰੁਪਈਆ ਤੋਹਰੇ ਮਾਲ ਪੈ, ਚਵਨੀ ਤੋਹਰੇ ਚਾਲ ਪੈ, ਅਠੰਨੀ ਤੋਹਰੇ ਗੱਲ ਪੈ।
ਓਏ ਤੇ ਚੱਲ ਠੀਕ ਹੈ, ਕੋਈ ਸਾਡੇ ਕਲਚਰ ਦਾ ਵੀ ਆਂਦਾ, ਤੈਨੂੰ ਇੰਨੇ ਸਾਲ ਹੋ ਗਏ ਪੰਜਾਬ 'ਚ ਧੱਕੇ ਖਾਂਦੇ, ਕੋਈ ਸਾਡਾ ਪੰਜਾਬੀ ਗੀਤ ਸੁਣਾਉਣਾ ਸਾਨੂੰ? ਪੰਜਾਬ ਮੈਂ ਤਾਂ ਖਾ ਕੇ ਪਲੇ ਹਾਂ ਬਾਊ ਜੀ, ਯਹਾਂ ਮੈਂ ਬਹੁਤ ਪਸੰਦ ਹੈ। ਕੋਈ ਗਾਣਾ ਸੁਣਾ ਕੇ ਤੂੰ ਚਾਹੁੰਦਾ ਕਿ ਤੈਨੂੰ ਡਾਇਰੈਕਟ ਕੁੱਟਣਾ ਸ਼ੁਰੂ ਕਰ ਦਈਏ? ਤਾਂ ਬਾਊ ਜੀ ਸੁਣਾ ਦੇਤੀ, ਹਾਂ ਆਪਕੋ ਡੈਡੀਕੇਟ ਹੈ। ਜਿੰਦੂਆ ਤੇ ਰਸ ਬਿੰਦੂਆ ਵਾਰੀਆ ਸਟਿੱਕ ਦੇ ਦਿਓ ਇੱਕ ਜਰਾ ਮੈਨੂੰ, ਨਹੀਂ ਆ ਆਪ ਚੱਲ ਜਾਏਗਾ ਤੁਹਾਨੂੰ। ਸਰ ਇੰਨੇ ਗਲਤ ਨਹੀਂ ਨਹੀਂ ਠੀਕ ਹੈ। ਤੈਨੂੰ ਯਾਦ ਹੈ ਤੂੰ ਚਾਈਲਡ ਆਰਟਿਸਟ ਸੀ ਜਦੋਂ ਆਇਆ ਸੀ ਐਕਟਿੰਗ ਸਿੱਖਣ, ਤੇ ਕਿੱਦਾਂ ਸਿੱਖੇਗਾ ਹੈਂ? ਮੇਰੇ ਸਿਰ ਇਹਨੂੰ ਮਾਰ ਦੇ, ਨਹੀਂ ਆਣਾ ਜਾਏਗਾ ਉਸਤਾਦ ਜੀ, ਨਹੀਂ ਆਣਾ। ਤੇਰੀ ਮਾਂ ਪਤਾ ਕੀ ਕਹਿ ਕੇ ਛੱਡ ਕੇ ਗਈ ਸੀ ਮੈਨੂੰ ਵੀ ਮੇਰੇ ਬੱਚੇ ਦਾ ਕੁਝ ਬਣਾ ਦਿਓ, ਪਤਾ ਨਾ? ਹਾਂਜੀ ਹਾਂਜੀ। ਤੇਰਾ ਬੇਟਾ ਸਿਰਫ ਭੜਥਾ ਬਣ ਸਕਦਾ, ਹੋਰ ਕੁਝ ਨਹੀਂ ਬਣ ਸਕਦਾ। ਮੈਂ ਰਿਹਾ ਚੰਗਾ, ਕਿਉਂਕਿ ਐਕਟਰ ਦੀ ਪਛਾਣ ਹੁੰਦੀ, ਬੰਦੇ ਨੂੰ ਪਤਾ ਹੁੰਦਾ ਵੀ ਕਿੱਧਰ ਬੋਲਣਾ ਕਿੱਧਰ ਨਹੀਂ। ਕਿਉਂ ਸਰ? ਇਸ ਕਾ ਹੋਰ ਨੰਬਰ ਕਾਟੋ ਮਾਰਾ ਪਹਿਲੇ ਚੀਕਾ ਬਾਅਦ ਮੈਂ ਬਾਊ ਜੀ। ਨਹੀਂ ਗੱਲ ਸੁਣ, ਸ਼ਾਹਰੁਖ ਖਾਨ ਨਾਲੋਂ 3 ਸਾਲ ਵੱਡਾ ਤੂੰ, ਤੈਨੂੰ ਪਤਾ ਅਗਲਾ ਫਿਲਮਾਂ ਛੱਡ ਕੇ ਰਿਟਾਇਰ ਹੋਣ ਨੂੰ ਫਿਰਦਾ, ਤੇ ਤੈਨੂੰ ਅਜੇ ਤੱਕ ਐਕਟਿੰਗ ਨਹੀਂ। ਮੇਰੀ ਬੇਇੱਜ਼ਤੀ ਕਰਾ ਰਹੇ, ਉੱਥੇ ਬੈਠਾ ਮੈਂ ਹੱਸ ਰਿਹਾ ਸੀ ਨਾ ਜਦੋਂ, ਹਾਂਜੀ, ਇਹ ਬੜੇ ਖੁਸ਼ ਹੋ ਰਹੇ ਸੀ ਵੀ ਪ੍ਰਿੰਸੀਪਲ ਸਾਹਿਬ ਨੂੰ ਅੱਛਾ ਲੱਗ ਰਿਹਾ। ਉਹ ਬੇਵਕੂਫਾ ਸਕ੍ਰਿਪਟ ਮੈਂ ਲਿਖੀ ਸੀ, ਮੈਨੂੰ ਡਾਇਲੋਗ ਤੇ ਹੱਸ ਆ ਰਿਹਾ ਸੀ ਤੁਹਾਡੇ ਤੇ। ਚੁੱਕੋ ਦੁਕਾਨ ਆਪਣੀ, ਦਫਾ ਜੋ ਇੱਥੋਂ ਚੁੱਕੋ। ਬਹੁਤ ਵੱਡਾ ਸੈਲੀਬ੍ਰਿਟੀ ਆ ਰਿਹਾ, ਉਹਨੂੰ ਪਤਾ ਲੱਗ ਗਿਆ ਐਡੀਆਂ ਗੰਦੀਆਂ ਰੂਹਾਂ ਇੱਥੇ ਭਟਕ ਰਹੀਆਂ ਨੇ, ਉਹ ਉੱਥੋਂ ਮੁੜ ਜਾਣਾ ਰਸਤੇ 'ਚੋਂ। ਬੱਜੋ ਬਾਬੂ ਜੀ, ਉਹ ਨੀਲੀ ਵਾਲੀ ਕੋਲ ਲੈ ਜਾ। ਅੱਜ ਲੱਗੇਗੀ ਰੌਣਕ, ਕਿਉਂਕਿ ਪੰਜਾਬ ਦੇ ਯੂਥ ਦੀ ਹਾਰਟ ਬੀਟ, ਸਾਡਾ ਮੁੰਡਾ ਜਿਹੜਾ ਬੜਾ ਕਿਊਟ, ਅਤੇ ਉਸ ਕਿਊਟ ਮੁੰਡੇ ਤੋਂ ਵੀ ਉਹਦੀ ਸਮਾਈਲ ਜਿਹੜੀ ਹੈ ਜ਼ਿਆਦਾ ਸਵੀਟ, ਯਾਨੀ ਕਿ ਸਾਡਾ ਪੰਜਾਬੀਆਂ ਦਾ ਮਾਣ ਮੱਤਾ ਗੱਭਰੂ। ਸੋ ਵੈਲਕਮ ਨਨ ਅਦਰ ਦੈਨ ਸਾਡਾ ਗੁਰੂ ਰੰਧਾਵਾ। The dashing Gurdaspuriya, superstar of Punjabi music, none other than Vasde bhai. Welcome brother, most welcome, most welcome, most welcome. Ek minute thehro zara, badhaiyan kaka ji. Bhai kamal da banda yaar, sanu vyah te nahi sadya, vyah kara liya bhai? Vyah nahi hai ta bas, acha matlab vauti ta nahi hai na? Bilkul, tuhanu bhai zarur bulawange vyah te. ਸੋ ਮੋਸਟ ਵੈਲਕਮ ਜੀ। ਸੋ ਸਭ ਤੋਂ ਪਹਿਲਾਂ ਤਾਂ ਬਾਈਕ ਨੂੰ ਮੇਰੇ ਡਰਾਇੰਗ ਰੂਮ 'ਚ ਲਵਾ ਦਿਉ, ਔਰ ਇੱਥੇ ਮੇਰੇ ਡਰਾਇੰਗ ਰੂਮ ਵਾਲੇ ਸੋਫੇ ਕਢਾ ਕੇ ਬਾਹਰ ਲਵਾ ਦਿਓ ਜੀ। ਸੋ ਯੂ ਆਰ ਮੋਸਟ ਵੈਲਕਮ ਵੰਸ ਅਗੇਨ ਮਾਈ ਡੀਅਰ ਬ੍ਰਦਰ। ਥੈਂਕ ਯੂ ਭਾਜੀ। ਗੁਰੂ ਰੰਧਾਵਾ ਇਸ ਵੇਲੇ ਪੂਰੇ ਹਿੰਦੁਸਤਾਨ ਦੀ ਜਾਣ ਹੈ ਮੁੰਡਾ ਸਾਡਾ, ਪੰਜਾਬ ਦੀ ਸ਼ਾਨ ਹੈ, ਔਰ ਪੂਰੇ ਗੁਰਦਾਸਪੁਰ ਦਾ ਇਹ ਸਨਮਾਨ ਹੈ ਮੈਂ ਕਹਾਂਗਾ, ਕਿਉਂਕਿ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਬਾਰਡਰ ਏਰੀਆ ਤੋਂ ਉੱਠ ਕੇ, ਇੱਕ ਛੋਟੇ ਜਿਹੇ ਪਿੰਡ ਧਾਰੋਵਾਲੀ 'ਚ ਉੱਠ ਕੇ ਇਸ ਤਰ੍ਹਾਂ ਵਰਲਡਵਾਈਡ ਆਪਣੀ ਪਹਿਚਾਣ ਬਣਾਉਣਾ, ਇਹ ਹਾਰੀ ਸਾਰੀ ਦਾ ਕੰਮ ਨਹੀਂ ਹੁੰਦਾ। ਸੋ ਬਹੁਤ ਸਾਰੀਆਂ ਦੁਆਵਾਂ ਇਸ ਬੱਚੇ ਦੇ ਨਾਲ ਨੇ, ਤਾਂ ਇਸ ਮੁਕਾਮ ਤੱਕ। ਬੜੀ ਖਤਰਨਾਕ ਐਂਟਰੀ ਲਈ ਗੁਰੂ ਰੰਧਾਵਾ ਮੋਟਰਸਾਈਕਲ 'ਤੇ ਆਇਆ, ਮੈਂ ਤਾਂ ਮੋਟਰਸਾਈਕਲ ਦੇਖਿਆ ਇੱਦਾਂ ਦਾ, ਵੈਸੇ ਪਹਿਲੀ ਵਾਰੀ ਹੈ। ਮੈਨੂੰ ਸੱਚੀ ਦੱਸੀ ਮੇਰਾ ਵੀਰ, ਅੱਜ ਐਡਾ ਵੱਡਾ ਸਟਾਰ ਹੈ, ਸਾਰੀ ਦੁਨੀਆ ਜਾਣਦੀ ਹੈ, ਕਿਸੇ ਚੀਜ਼ ਦੀ ਪਰਵਾਹ ਨਹੀਂ, ਪਰ ਇਮਾਨਦਾਰੀ ਨਾਲ ਦੱਸਣਾ, ਡਰਾਈਵਿੰਗ ਲਾਇਸੈਂਸ ਬਣਾਇਆ ਅਜੇ ਤੱਕ ਕਿ ਨਹੀਂ? ਬੀ ਆਨੈਸਟ। ਨਹੀਂ, ਡਰਾਈਵਿੰਗ ਲਾਇਸੈਂਸ ਮੇਰੇ ਕੋਲ ਹੈਗਾ, ਬਟ ਮੇਰੇ ਕੋਲ ਕਾਪੀ ਵਾਲਾ ਹੈ ਪਹਿਲਾਂ ਹੀ, ਪਰ ਰੱਖਿਆ ਹੋਇਆ। ਰੱਖਿਆ ਹੋਇਆ ਭਾਅ ਜੀ, ਡਰਾਈਵਿੰਗ ਲਾਇਸੈਂਸ ਆਈ ਥਿੰਕ ਸਾਨੂੰ ਸਾਰਿਆਂ ਨੂੰ ਰੱਖਣਾ ਚਾਹੀਦਾ, ਨਾਲ ਦੀ ਨਾਲ ਆਈ ਥਿੰਕ ਹੈਲਮਟ ਵੀ ਹੋਣਾ ਚਾਹੀਦਾ। ਅਤੇ ਸਾਡਾ ਸਟੂਡੀਓ 'ਚ ਸੀ, ਅਤੇ ਆਪਾਂ ਵਿਦਆਊਟ ਹੈਲਮਟ ਦੇ ਐਂਟਰੀ ਕਰ ਲਈਏ, ਕਿਉਂਕਿ ਇੱਥੇ ਤਾਂ ਐਵਰੀਥਿੰਗ ਸੇਫਟੀ ਹੈਗੀ ਹੈ। ਸਟੂਡੀਓ 'ਚ ਆਏ 2 ਮਿੰਟ ਦਾ ਵੀ ਨਹੀਂ ਕੰਮ ਸੀ, ਬਟ ਰੋਡ ਦੇ ਉੱਤੇ ਆਈ ਥਿੰਕ ਹੈਲਮਟ ਵੀ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਕਿਆ ਬਾਤ! ਚਲੋ ਖੈਰ, ਇਹ ਤਾਂ ਹੋ ਗਈ ਸਿਆਣੀ ਗੱਲ। ਹੁਣ ਸਭ ਤੋਂ ਪਹਿਲਾਂ ਗੁਰੂ, ਮੈਨੂੰ ਇਹ ਦੱਸੋ ਕਿ ਚਾਹ, ਕੌਫੀ, ਮੱਠੀਆਂ, ਬਾਲੂ ਸ਼ਾਹੀ ਆ, ਭੁਜੀਆ, ਕੋਈ ਕਰੀਮ ਰੋਲ, ਕੋਈ ਕੇਕ, ਪੇਸਟਰੀ, ਜੋ ਵੀ ਲਿਆਂਦਾ ਮੇਰਾ ਵੀਰ ਲਿਆ, ਫਿਰ ਆਪਾਂ ਖਾਈਏ ਯਾਰ। ਫਸਟ ਟਾਈਮ ਇਨ
ਪੰਜਾਬੀ ਇੰਡਸਟਰੀ ਇਦਾਂ ਦਾ ਸ਼ੋਅ ਪਲਾਨ ਹੋ ਰਿਹਾ, ਮੈਂ ਆਪਣੇ ਘਰੋਂ ਕੁਛ ਨਹੀਂ ਲੈ ਕੇ ਆਇਆ, ਜੋ ਕੁਛ ਤੁਹਾਡੇ 'ਤੇ ਆ। ਇਹਦੇ 'ਚ ਦੋ ਰਾਏ ਨਹੀਂ ਹੈ ਕਿ ਸਾਡੀ ਕਿਚਨ ਬਹੁਤ ਵੱਡੀ ਹੈ, ਸੈੱਟ ਨਾਲੋਂ ਵੀ ਵੱਡੀ ਕਿਚਨ ਹੈ, ਇਹ ਵੱਖਰੀ ਗੱਲ ਹੈ, ਕਿਚਨ 'ਚ ਸਮਾਨ ਨਹੀਂ ਪਾਇਆ ਸੀ ਅਜੇ। ਸੋ ਦੇਖਦੇ ਹਾਂ ਅੱਜ ਕੀ ਬਣਦਾ ਤੁਹਾਡੇ ਲਈ। ਸਭ ਤੋਂ ਪਹਿਲਾਂ ਗੁਰੂ ਮੈਨੂੰ ਇਹ ਦੱਸ ਵੀ ਮੇਰੇ ਵੀਰ, ਇਸ ਵੇਲੇ ਪੰਜਾਬ 'ਚ ਠੰਡ ਬਹੁਤ ਪਈ ਹੈ। ਬਿਲਕੁਲ, ਔਰ ਕਹਿੰਦੇ ਰਿਕਾਰਡ ਤੋੜ ਠੰਡ ਪਈ ਹੈ, ਜਿੰਨੀ ਸਾਲਾਂ ਤੋਂ ਆਈ ਥਿੰਕ ਇੰਨੀ ਠੰਡ ਨਹੀਂ ਪਈ ਕਦੇ, ਅਤੇ ਇੰਨੀ ਠੰਡ ਪੈ ਗਈ ਕਿ ਸਾਰਿਆਂ ਨੇ ਗੁਰੂ ਰੰਧਾਵੇ ਵਾਲਾ ਸਟਾਈਲ ਹੀ ਫੜ ਲਿਆ। ਮੈਨੂੰ ਇੱਕ ਇਹਦੀ ਗੱਲ ਸਮਝ ਆਈ ਵੀ ਰੱਬ ਨੇ ਸਾਰਾ ਕੁਝ ਦੇ ਦਿੱਤਾ, ਇੰਨੀ ਕਾਮਯਾਬੀ, ਇੰਨਾ ਪੈਸਾ, ਫਿਰ ਕਿਹੜੀ ਗੱਲੋਂ ਲੱਗਦਾ ਵੀ ਗੁਰੂ ਰੰਧਾਵਾ ਹੱਥ ਮਲਦਾ ਹੀ ਰਹਿ ਗਿਆ ਯਾਰ। ਹੈਂ ਭਾਜੀ, ਆਈ ਥਿੰਕ ਇਹ ਜਿਹੜੀਆਂ ਚੀਜ਼ਾਂ ਕਈ ਵਾਰ ਜਦੋਂ ਤੁਸੀਂ ਵਰਲਡ ਮਿਊਜ਼ਿਕ ਸੁਣਦੇ ਹੋ, ਜਦੋਂ ਤੁਸੀਂ ਸਾਰੇ ਤਰ੍ਹਾਂ ਦਾ ਮਿਊਜ਼ਿਕ ਸੁਣਦੇ ਹੋ, ਤੁਸੀਂ ਕਿਸੇ ਨਾ ਕਿਸੇ ਨੂੰ ਦੇਖ ਕੇ ਇੰਸਪਾਇਰ ਹੁੰਦੇ ਹੋ। ਮੈਂ ਵੀ ਇੱਦਾਂ ਕਿਸੇ ਵਧੀਆ ਕਲਾਕਾਰ ਨੂੰ ਦੇਖ ਕੇ ਇੰਸਪਾਇਰ ਹੋਇਆ ਜਿਹੜਾ ਇੰਟਰਨੈਸ਼ਨਲ ਲੈਵਲ 'ਤੇ ਕੰਮ ਕਰ ਰਿਹਾ ਸੀ, ਸੋ ਉਹ ਵੀ ਇੱਦਾਂ ਇੱਦਾਂ ਹੀ ਕਰਦਾ ਸੀ। ਅੱਛਾ, ਮੈਂ ਕਿਹਾ ਕਿਉਂ ਨਾ ਅਸੀਂ ਵੀ ਇੱਦਾਂ ਦੇ ਕਰੀਏ, ਕੀ ਪਤਾ ਬਰਕਤ ਇਸੇ ਚੀਜ਼ 'ਚ ਹੀ। ਆਈ ਥਿੰਕ ਬਰਕਤ ਬਾਬੇ ਨੇ ਪਾਤੀ ਇਸੇ ਚੀਜ਼। ਇਸ ਤਰ੍ਹਾਂ ਦੋ ਹੀ ਬੰਦੇ ਦੁਨੀਆਂ 'ਚ ਮਸ਼ਹੂਰ ਹੋਏ ਨੇ, ਇੱਕ ਗੁਰੂ ਰਾਮਦੇਵ ਜਿਹੜਾ ਇੱਦਾਂ ਕਰ ਕਰ ਮਸ਼ਹੂਰ ਹੋ ਗਿਆ ਸੀ, ਇੱਕ ਗੁਰੂ ਰੰਧਾਵਾ ਜਿਹੜਾ ਇੱਦਾਂ ਕਰ ਕਰ। ਕੋਈ ਐਸਾ ਇੰਸੀਡੈਂਟ ਦੱਸੋ ਯਾਰ ਜ਼ਿੰਦਗੀ ਦੇ ਵਿੱਚ ਕਿ ਜਦੋਂ ਗੁਰੂ ਰੰਧਾਵਾ ਨੇ ਕਿਸੇ ਨੂੰ ਪ੍ਰਪੋਜ਼ ਕੀਤਾ ਜਾਂ ਰਿਕੁਐਸਟ ਭੇਜੀ ਅਤੇ ਅੱਗੋਂ ਰਿਜੈਕਟ ਹੋ ਗਈ, ਅੱਜ ਸੋਚ ਕੇ ਖੁਸ਼ੀ ਹੁੰਦੀ ਵੀ ਹੁਣ। ਮੈਂ ਅਕਸਰ ਆਪਣੇ ਸ਼ੋਅ 'ਤੇ ਵੀ ਜਦੋਂ ਲਾਈਵ ਸ਼ੋਅ ਹੁੰਦਾ ਉੱਥੇ ਵੀ ਦੱਸਦਾ ਹੁੰਦਾ ਕਿ ਜਿਹੜਾ ਗਾਣਾ ਬੰਜਾ ਤੂੰ ਮੇਰੀ ਰਾਣੀ ਸੀ, ਮੈਂ ਲਿਖਿਆ ਤਾਂ ਕਿਸੇ ਸਪੈਸ਼ਲ ਕੁੜੀ ਵਾਸਤੇ ਸੀ, ਬਟ ਉਦੋਂ ਆਪਾਂ ਫਿਰ ਤੁਹਾਨੂੰ ਪਤਾ ਮਾਤੜ ਬੰਦੇ ਗੁਰਦਾਸਪੁਰੀਏ ਪਿੰਡਾਂ ਤੋਂ ਆਏ, ਉਦੋਂ ਉਹਨੂੰ ਪਤਾ ਨਹੀਂ ਲੱਗਾ ਕੋਈ ਗੱਲਬਾਤ ਦਾ। ਬਟ ਅੱਜ ਕੱਲ੍ਹ ਜਦੋਂ ਕਾਲ ਕਰਦੀ ਆ ਅਤੇ ਜਦੋਂ ਕਹਿੰਦੀ ਵੀ ਹੈਲੋ, ਅਤੇ ਮੈਂ ਵੀ ਅੱਗੋਂ ਕਹਿ ਦਿੰਦਾ ਹੈਲੋ, ਅਤੇ ਫਿਰ ਮੈਨੂੰ ਕਹਿੰਦੀ ਕਿ ਮੈਂ ਉਹ ਬੋਲਦੀ ਹਾਂ, ਮੈਂ ਕਹਿੰਦਾ ਮੈਂ ਨਹੀਂ ਉਹ ਬੋਲਦਾ। ਜਦੋਂ ਤੁਸੀਂ ਅਜੇ ਕੁਛ ਬਣੇ ਨਹੀਂ ਹੁੰਦੇ ਉਦੋਂ ਤਾਂ ਕੋਈ ਨਹੀਂ ਪੁੱਛਦਾ, ਜਦੋਂ ਤੁਸੀਂ ਇੱਕ ਸਟਾਰਡਮ ਹਾਸਲ ਕਰ ਲਿਆ, ਕੁਛ ਬਣ ਗਏ, ਉਦੋਂ ਫਿਰ ਮੇਰੇ ਵਰਗੇ ਸਲਾਹਕਾਰ ਵੀ ਨਾਲ ਬੜੇ ਆਲੇ ਦੁਆਲੇ ਆ ਜਾਂਦੇ ਨੇ, ਫਿਰ ਕ੍ਰੈਡਿਟ ਲੈਣ ਵਾਲੇ ਵੀ ਬੜੇ ਆ ਜਾਂਦੇ ਨੇ ਵੀ ਇਹ ਤਾਂ ਮੇਰੇ ਕਰਕੇ ਹੈ, ਸਾਡੇ ਕੋਲ ਐਂ ਆਉਂਦਾ ਹੁੰਦਾ, ਸਾਡੇ ਕੋਲ ਉੱਥੇ ਬਹਿੰਦਾ ਹੁੰਦਾ ਸੀ, ਸਲਾਹਕਾਰ ਵੀ ਜੁੜ ਜਾਂਦੇ ਜਿਹੜੇ ਫਿਰ ਚੰਗੇ ਭਲੇ ਗਾਉਂਦੇ ਨੂੰ ਦੱਸੀ ਜਾਣਗੇ ਵੀ ਸਵੇਰੇ ਬੱਕਰੀ ਦੇ ਸਿੰਗ ਉਬਾਲ ਕੇ ਨਾ ਗਰਮ ਪਾਣੀ ਨਾਲ ਗਰਾਰੇ ਕਰਿਆ ਕਰ, ਖਜੂਰਾਂ ਸਾੜ ਕੇ ਸੁੰਘਿਆ ਕਰ, ਤੇਰੀਆਂ ਨਾਸਾਂ ਖੁੱਲਣਗੀਆਂ। ਸੋ ਬੜੇ ਸਲਾਹਕਾਰ ਆ ਜਾਂਦੇ ਨੇ। ਸੋ ਕੋਈ ਇਸ ਤਰ੍ਹਾਂ ਦੀ ਤੁਹਾਡੀ ਜ਼ਿੰਦਗੀ 'ਚ ਵੀ ਹੈਗੇ ਬੰਦੇ ਜਿਹੜੇ ਅੱਜ ਕ੍ਰੈਡਿਟ ਲੈਂਦੇ ਹੋਣ ਇਸ ਚੀਜ਼ ਦਾ? ਪਹਿਲੇ ਦਿਨ ਤੋਂ ਮੇਰੇ ਮੋਮ ਡੈਡ ਨੇ ਸਾਥ ਦਿੱਤਾ, ਮੇਰੀ ਫੈਮਿਲੀ ਨੇ ਸਾਥ ਦਿੱਤਾ, ਫਿਰ ਮੇਰੀ ਟੀਮ ਨੇ ਸਾਥ ਦਿੱਤਾ, ਅਤੇ ਅੱਜ ਵੀ ਉਹੀ ਲੋਕ ਨੇ। ਬਟ ਆਈ ਥਿੰਕ ਇਟਸ ਮੇਰੀ ਲਾਈਫ ਬੈਲੈਂਸ ਹੈ ਬਹੁਤ। ਕਿਆ ਬਾਤ! ਮੈਂ ਨਾਲੇ ਜ਼ਿਆਦਾ ਐਕਸਾਈਟਡ ਨਹੀਂ ਹੁੰਦਾ ਕਿਸੇ ਚੀਜ਼ ਨੂੰ ਵੀ ਲੈ ਕੇ, ਜਿੰਨਾ ਕੁਛ ਵੀ ਆਈ ਥਿੰਕ ਵਾਹਿਗੁਰੂ ਦੀ ਮਿਹਰ ਆ ਅਤੇ ਹੋ ਰਿਹਾ ਵਾ, ਜੇ ਉਹਦੀ ਮਿਹਰ ਨਾ ਹੋਏ ਤਾਂ ਆਈ ਥਿੰਕ ਕੁਛ ਨਹੀਂ ਹੋ ਸਕਦਾ। ਕ੍ਰੈਡਿਟ ਜਿਹਨੇ ਲੈਣਾ ਉਹਨੇ ਤਾਂ ਲੈਣਾ ਹੀ ਹੈ, ਪਰ ਕ੍ਰੈਡਿਟ ਦੇਣ ਵਾਲੇ ਨੂੰ ਦੇਣਾ ਆਉਣਾ ਚਾਹੀਦਾ। ਆਪਣੇ ਮਾਂ ਬਾਪ ਨੂੰ ਕ੍ਰੈਡਿਟ ਦੇ ਰਿਹਾ ਮੁੰਡਾ, ਆਪਣੇ ਸੀਨੀਅਰਸ ਨੂੰ ਦੇ ਰਿਹਾ, ਬਹੁਤ ਵੱਡੀ ਗੱਲ ਹੈ। ਜਿਹੜਾ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਕਿ ਗੁਰੂ ਤਾਂ ਹੈ ਪਰ ਗੁਰੂ ਚੇਲਾ ਵੀ ਹੈ ਕਿਸੇ ਦਾ, ਕਿਸੇ ਕੋਲੋਂ ਸਿੱਖਿਆ ਵੀ ਹੈ ਕਿ ਨਹੀਂ? ਮੈਂ ਉਹਨਾਂ ਆਰਟਿਸਟਾਂ ਨੂੰ ਸੁਣਿਆ ਹਮੇਸ਼ਾ ਜਿਹੜੇ ਖੁਦ ਲਿਖਦੇ ਸੀ, ਖੁਦ ਗਾਉਂਦੇ ਸੀ, ਖੁਦ ਕੰਪੋਜ਼ ਕਰਦੇ ਸੀ, ਅਤੇ ਮੈਨੂੰ ਵੀ ਹੁੰਦਾ ਸੀ ਕਿ ਮੈਂ ਵੀ ਆਪਣਾ ਮਿਊਜ਼ਿਕ ਖੁਦ ਬਣਾਵਾਂ, ਖੁਦ ਲਿਖਾਂ। ਐਂਡ ਉਹਨਾਂ 'ਚ ਬਹੁਤ ਸਾਰੇ ਨਾਮ ਨੇ ਜਿਹਨਾਂ ਨੂੰ ਮੈਂ ਸੁਣਦਾ ਰਿਹਾ, ਉਹਨਾਂ 'ਚ ਗੁਰਦਾਸ ਮਾਨ ਸਾਹਿਬ ਨੇ, ਉਹਨਾਂ 'ਚ ਬੱਬੂ ਮਾਨ ਭਾਅ ਜੀ ਨੇ, ਉਹਨਾਂ 'ਚ ਹੰਸਰਾਜ ਹੰਸਰ ਨੇ, ਉਹਨਾਂ 'ਚ ਅਤਾਉਲਾ ਖਾਨ ਸਾਹਿਬ ਨੇ, ਸਜਾਦ ਅਲੀ ਖਾਨ ਸਾਹਿਬ ਨੇ, ਇੱਦਾਂ ਦੇ ਵੱਡੇ ਵੱਡੇ ਫਨਕਾਰਾਂ ਨੂੰ ਸੁਣ ਸੁਣ ਕੇ ਮੈਨੂੰ ਵੀ ਹੁੰਦਾ ਸੀ ਕਿ ਮੈਂ ਵੀ ਕਦੇ ਨਾ ਕਦੇ ਆਪਣੀ ਭਾਸ਼ਾ ਨੂੰ, ਆਪਣੇ ਕਲਚਰ ਨੂੰ ਇੱਕ ਲੈਵਲ 'ਤੇ ਰਿਪ੍ਰਜੈਂਟ ਕਰਾਂਗਾ, ਜਿਹਦੇ ਨਾਲ ਮੇਰੇ ਕਰਕੇ ਕੁਛ ਨਾ ਕੁਛ ਕੰਟਰੀਬਿਊਸ਼ਨ ਹੋਏਗਾ ਮੇਰੀ ਭਾਸ਼ਾ 'ਚ। ਅਤੇ ਆਈ ਥਿੰਕ ਅੱਜ ਮੈਂ ਕੋਸ਼ਿਸ਼ ਕਰ ਰਿਹਾ ਵਾਂ, ਕੋਸ਼ਿਸ਼ ਜਾਰੀ ਆ ਹੋਰ ਕਿ ਹੋਰ ਆਉਣ ਵਾਲੇ ਸਮੇਂ 'ਚ ਹੋਰ ਵਧੀਆ ਲੈਵਲ 'ਤੇ ਆਪਾਂ ਆਪਣੀ ਪੰਜਾਬੀ ਭਾਸ਼ਾ ਲੈ ਕੇ। ਕਿਆ ਬਾਤ! ਚਲੋ ਜੀ, ਮੈਂ ਕੁਐਸਚਨ ਬੜੇ ਕਰ ਲਏ ਗੁਰੂ ਰੰਧਾਵਾ ਨੂੰ, ਔਰ ਹੁਣ ਸਾਡੀ ਆਡੀਅੰਸ ਦੇ ਵਿੱਚੋਂ ਵੀ ਇੱਕ ਦੋ ਕੁਐਸਚਨ ਹੈਗੇ ਨੇ। ਸੋ ਸਭ ਤੋਂ ਪਹਿਲਾ ਕੁਐਸਚਨ ਸਾਡੀ ਆਡੀਅੰਸ 'ਚੋਂ ਕਿਸੇ ਨੇ ਪੁੱਛਿਆ, ਉਹ ਮੈਂ ਪੁੱਛਣ ਲੱਗਾ ਗੁਰੂ ਜੀ ਤੁਹਾਨੂੰ ਕਿ ਮੈਂ ਕਹਿੰਦੇ ਗੁਰੂ ਰੰਧਾਵਾ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੀ ਬਨੈਣ ਦਾ ਸਾਈਜ਼। ਇਹ ਕੁਐਸਚਨ ਕਿਸੇ ਕੀਤਾ ਬਈ? ਇਹਨੂੰ ਐਂਟਰੀ ਕਿਹਨੇ ਦਿੱਤੀ ਅੰਦਰ? ਮੈਂ ਤੂੰ ਆਪਣੀ ਬਨੈਣ ਪੜਵਾ ਕੇ ਜਾਣੀ ਹੈ ਤੋਂ। ਅੱਛਾ, ਜੇ ਮੈਂ ਸੱਚੀ ਗੱਲ ਦੱਸਾਂ, ਮੈਂ ਅੱਜ ਤੱਕ ਬਨੈਣ ਪਾਈ ਨਹੀਂ। ਐਡਾ ਵੱਡਾ ਸਟਾਰ ਤੇਰੇ ਸਾਹਮਣੇ ਬੈਠਾ, ਰਿਲੇਟ ਕਰਦਾ ਸਵਾਲ ਪੁੱਛ। ਭਾਜੀ, ਸਾਡੀ ਬਨਿਆਨਾ ਦੀ ਫੈਕਟਰੀ ਆ ਲੁਧਿਆਣੇ ਵਿੱਚ, ਤਾਂ ਮੈਂ ਚਾਹੁੰਦਾ ਸੀ ਕਿ ਤੁਹਾਨੂੰ ਗਿਫਟ ਕਰਾਂ ਬਨਿਆਨਾ। ਉਹ ਤੇਰਾ ਬੜਾ ਜੇ
ਥੈਂਕ ਯੂ ਭਰਾਵਾ ਤੇਰਾ ਭੇਜ ਦੀ ਸਾਡੇ ਪਿੰਡ ਵੀ ਬਹੁਤ ਮੁੰਡੇ ਪਾਉਂਦੇ ਉਹਨਾਂ ਨੇ ਵੀ ਭੇਜ ਦੀ ਮਹਾਰਾਜ ਕਰੇ ਤੁਸੀਂ ਰਜਾਈਆਂ ਬਣਾਉਣ ਲੱਗੋ ਅਗਲੀ ਠੰਡ ਤੱਕ ਆਪ ਕੋਈ ਸਵਾਦ ਤੇ ਆਵੇ ਸਾਨੂੰ ਵੀ ਬਣ ਜਾ ਤੂੰ ਮੇਰੀ ਰਾਣੀ ਉਹ ਤੇਰਾ ਤੈਨੂੰ ਮਹਿਲ ਦਵਾ ਦੂੰਗਾ ਵੈਸੇ ਵੀ ਜਦੋਂ ਦੋ ਸਿਆਣੇ ਬੰਦੇ ਆਪਸ ਗੱਲ ਕਰਦੇ ਹੋਣ ਨਾ ਤੇ ਤੀਜਾ ਸਿਆਣਾ ਬੰਦਾ ਜ਼ਿਆਦਾ ਸਿਆਣਾ ਬੰਦਾ ਵਿੱਚ ਬੋਲਦਾ ਅੱਛਾ ਨਹੀਂ ਲੱਗਦਾ ਤੁਸੀਂ ਕਿੰਨੂੰ ਜ਼ਿਆਦਾ ਸਿਆਣਾ ਕਿਹਾ ਕਿੰਨੂੰ ਜ਼ਿਆਦਾ ਸਿਆਣਾ ਕਿਹਾ ਤੁਸੀਂ ਉਹ ਤੇਰੇ ਭਰਾ ਨੂੰ ਸੁਰਿੰਦਰ ਨੂੰ ਮੈਂ ਸੱਚੀ ਦੱਸਾਂ ਮੇਰੇ ਵਰਗੀ ਹੈ ਜਿਹੜੀ ਕੱਟੀ ਜਾਂਦੀ ਇਹਨਾਂ ਦੇ ਨਾਲ ਜੇ ਕੋਈ ਹੋਰ ਆਉਂਦੀ ਨਾ ਗੁਰੂ ਇਹਨਾਂ ਨੂੰ ਦਿਨ 'ਚ ਤਾਰੇ ਦਿਖਾ ਦਿੰਦੀ ਤੇ ਤੂੰ ਜਿਹੜੇ ਮੈਨੂੰ ਭੰਬੂ ਤਾਰੇ ਵਿਖਾਏ ਨੇ ਆਈਨਸਟਾਈਨ ਨੇ ਦੂਰਬੀਨ ਨਾ ਇੰਨੇ ਗ੍ਰਹਿ ਨਹੀਂ ਵੇਖੇ ਜਿਹਨੇ ਤਾਂ ਮੈਨੂੰ ਘਰ ਬੈਠੀ ਨੇ ਵਿਖਾ ਦਿੱਤੇ ਨੇ ਉਹ ਫੁੱਟਪਾਥ ਤੇ ਸੁੱਤੇ ਭਈਆਂ ਨੂੰ ਪੁਲਿਸ ਨਹੀਂ ਇੰਨਾ ਤੰਗ ਕਰਦੀ ਜਿੰਨਾ ਤੂੰ ਮੈਨੂੰ ਤੰਗ ਕਰਦੀ ਨਾ ਜੀ ਤੁਹਾਨੂੰ ਐਡੀ ਪ੍ਰੋਬਲਮ ਹੋ ਰਹੀ ਹੈ ਤਾਂ ਤੁਸੀਂ ਵੀ ਫੁੱਟਪਾਥ ਤੇ ਜਾ ਕੇ ਸੋ ਜਾਓ ਨਾ ਉਹਨੇ ਭਈਆਂ ਦੇ ਨਾਲ ਮੈਨੂੰ ਤੁਸੀਂ ਕਿਹੜੇ ਕੰਮ ਨੂੰ ਸੱਦਿਆ ਇੱਥੇ ਉਹ ਯਾਰ ਮੇਰੇ ਇੰਟਰਵਿਊ ਕਰਨੀ ਕਿ ਮੈਂ ਤੁਹਾਡੀਆਂ ਗੱਲਾਂ ਸੁਣਨਾ ਉਹ ਯਾਰ ਇੱਧਰ ਸਿਆਪਾ ਪਿਆ ਤੈਨੂੰ ਇੰਟਰਵਿਊ ਦੀ ਪਈ ਕਰ ਲਾਂਗੇ ਇੰਟਰਵਿਊ ਕਾਹਦੀ ਇੰਟਰਵਿਊ ਕਾਲੀ ਆਈ ਤੈਨੂੰ ਇੰਟਰਵਿਊ ਨਹੀਂ ਦਿੱਤੀ ਕਦੇ ਯਾਰ ਕੀ ਇੰਟਰਵਿਊ ਕਰਾਂ ਮੈਨੂੰ ਪਤਾ ਤੇਰਾ ਨਾਂ ਗੁਰੂ ਰੰਧਾਵਾ ਅਸਲੀ ਨਾਂ ਤੇਰਾ ਗੁਰਸ਼ਰਨਜੋਤ ਸਿੰਘ ਰੰਧਾਵਾ ਯਾਰ ਪਿੰਡ ਤੇਰਾ ਧਾਰੋ ਵਾਲੀ ਹੈ ਡੇਰਾ ਬਾਬਾ ਨਾਨਕ ਤਹਿਸੀਲ ਹੈ ਗੁਰਦਾਸਪੁਰ ਜ਼ਿਲ੍ਹਾ ਬਾਰਡਰ ਏਰੀਆ ਤੁਹਾਡਾ ਪਿੰਡ ਲੱਗਦਾ ਕਿੱਡੀ ਇੰਟਰਵਿਊ ਕਾਲੀ ਆਈ ਯਾਰ ਨਹੀਂ ਤੂੰ ਰੇਲਵੇ 'ਚ ਭਰਤੀ ਹੋਣ ਆਇਆ ਇੰਟਰਵਿਊ ਦੇਣੀ ਯਾਰ ਉਹ ਕੀ ਮੇਰੀ ਇੰਟਰਵਿਊ ਮਹਾਰਾਜ ਆਈ ਐਮ ਸੌਰੀ ਯਾਰ ਮੇਰਾ ਬੀਪੀ ਵਧਾ ਦਿੰਦੀ ਭਰਾ ਮੇਰੇ ਇੱਕ ਕੰਮ ਕਰੋ ਮੇਰੀ ਗੱਡੀ ਲਵਾਓ ਨਹੀਂ ਨਹੀਂ ਬ੍ਰਦਰ ਮੇਰੀ ਗੱਲ ਨਹੀਂ ਭਾਈ ਪਤਾ ਕੀ ਹੈ ਪਤਾ ਮੇਰੀ ਮੇਰੀ ਗੱਲ ਸਰ ਵਿਆਹਾਂ ਦਾ ਗੁੱਸਾ ਨਹੀਂ ਕਰੀਦਾ ਇਹ ਵਿਆਹੇ ਜਿਹੜੇ ਵਿਚਾਰੇ ਇਦਾਂ ਦੇ ਹੀ ਹੋ ਜਾਂਦੇ ਨੇ ਮੇਰਾ ਬੀਪੀ ਵਧਾ ਦਿੰਦੀ ਹੈ ਸੌਰੀ ਮੇਰੇ ਵੀਰ ਮੈਂ ਤੈਨੂੰ ਇੰਟਰਵਿਊ ਕਰਨਾ ਹੈ ਥੈਂਕ ਯੂ ਭਾਈ ਤੁਸੀਂ ਛੱਡੋ ਦੱਸੋ ਤੁਸੀਂ ਗੁਰੂ ਮੈਂ ਤੁਹਾਡਾ ਇੰਟਰਵਿਊ ਲੈਣੀ ਆ ਓਕੇ ਵਾਹ ਜੀ ਵਾਹ ਇਹ ਗੱਲ ਦੱਸੋ ਤੁਸੀਂ ਕਿਹੋ ਜੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਹੋ ਇੰਟਰਵਿਊ ਥੋੜੀ ਕਲਰਫੁਲ ਆ ਇੱਧਰ ਥੋੜੀ ਬਲੈਕ ਐਂਡ ਵਾਈਟ ਮਤਲਬ ਉਹ ਵੀ ਸੁਰਿੰਦਰ ਦੀ ਭੈਣ ਆ ਲੋ ਖੁਸ਼ ਹੋ ਜਾਓ ਹੁਣ ਤੁਸੀਂ ਵੀ ਨਹੀਂ ਸੀਰੀਅਸਲੀ ਦੱਸੋ ਗੁਰੂ ਤੁਹਾਨੂੰ ਆਪਣੀ ਵੁੱਡ ਬੀ ਵਾਈਫ 'ਚ ਕਿਹੋ ਜਿਹੀਆਂ ਕੁਆਲਿਟੀਜ਼ ਚਾਹੀਦੀਆਂ ਬਸ ਇੱਕੋ ਇੱਕ ਕੁਆਲਿਟੀ ਹੋਵੇ ਕਿ ਉਹਦੀ ਵੱਡੀ ਭੈਣ ਮਰੀ ਹੋਵੇ ਸ਼ਰਮ ਕਰ ਲਓ ਸ਼ਰਮ ਗੈਸਟ ਆਏ ਨੇ ਉਹ ਤੂੰ ਕੀਤੀ ਹੈ ਸ਼ਰਮ ਅਗਲਾ ਇੰਟਰਵਿਊ ਦੇਣ ਆਇਆ ਤੂੰ ਰਿਸ਼ਤਾ ਦੇਣ ਨੂੰ ਫਿਰਦੀ ਆ ਜੇ ਘੁੱਗੀ ਭਾਈ ਡਨ ਕਰਨਗੇ ਵੱਡਾ ਭਾਈ ਡਨ ਕਰੂਗਾ ਫੇਰ ਹੀ ਵਿਆਹ ਕਰਾਂਗੇ ਵੈਸੇ ਗੁਰੂ ਜੋਕ ਸਪਾਟ ਜੇ ਤੁਸੀਂ ਮੇਰੀ ਛੋਟੀ ਭੈਣ ਨਾਲ ਵਿਆਹ ਕਰਵਾ ਲਿਆ ਮੈਂ ਡਾਲਰਾਂ 'ਚ ਸ਼ਗਨ ਦੇਵਾਂਗੀ ਡਾਲਰਾਂ 'ਚ ਹੈ ਕਿੱਥੇ ਤੇਰਾ ਬੇੜਾ ਤਰੇ ਝੂਠ ਬੋਲਦੀ ਦਾ ਓ ਸ਼ਰਮ ਕਰੋ ਮੇਰੇ ਵਿਆਹ ਤੇ ਤੁਹਾਡੇ ਕੋਲ ਨੇਪਾਲੀ ਕਰੰਸੀ ਵੀ ਨਹੀਂ ਨਿਕਲੀ ਘਰ ਦੇ ਸਾਰੇ ਫਟੇ ਨੋਟ ਇਹਨਾਂ ਨੇ ਮੇਰੇ ਵਿਆਹ 'ਚ ਚਲਾਏ ਸੀ ਬਰਾਤ ਨੂੰ ਕਹਿੰਦੇ ਰੋਟੀ ਖਾ ਲਓ ਉੱਧਰ ਵੈਜੀਟੇਰੀਅਨ ਇੱਧਰ ਨੌਨ ਵੈਜੀਟੇਰੀਅਨ ਅਤੇ ਵੈਜ ਵਾਲੇ ਪਾਸੇ 6 ਪਤੀਲੇ ਪਏ 6 'ਚ ਮੂੰਗੀ ਦੀ ਦਾਲ ਉੱਧਰ ਨੌਨ ਵੈਜ ਵਾਲੇ ਪਾਸੇ ਜਾ ਕੇ ਵੇਖਿਆ ਇੱਕੋ ਪਤੀਲਾ ਬਾਹਰ ਲਿਖਿਆ ਚਿਕਨ ਕੀ ਕਰੀ ਉਹ ਲੋਕ ਵਿੱਚ ਕੜਛੀਆਂ ਮਾਰੀ ਜਾਣ ਪੀਸ ਲੱਭੇ ਕੋਈ ਨਾ ਮੈਂ ਕਿਹਾ ਇਹ ਕੀ ਚੱਕਰ ਕਹਿੰਦੇ ਲਿਖਿਆ ਤੇ ਆ ਚਿਕਨ ਦੀ ਤਰੀ ਚਿਕਨ ਤਾਂ ਲਿਖਿਆ ਹੀ ਨਹੀਂ ਅਸੀਂ ਤੁਹਾਡੇ ਜਿਵੇਂ ਬੜੇ ਰੱਜੇ ਹੋਏ ਨੇ ਮੈਨੂੰ ਨਾ ਦੱਸੋ ਇਹਦੇ ਵਿਆਹ ਤੋਂ ਪਹਿਲਾਂ ਵਿਚੋਲਣ ਕਹਿੰਦੀ ਕੁੜੀ ਥੋੜ੍ਹੀ ਜਿਹੀ ਤਿੱਖੀ ਮੈਂ ਚਲੋ ਸੁਭਾਅ ਦੀ ਤਿੱਖੀ ਹੋਏਗੀ ਉਹ ਤੇ ਭਰਾਵਾ ਵਿਆਹ ਕੇ ਆਈ ਤੇ ਪਤਾ ਲੱਗਾ ਨੱਕ ਤੋਂ ਵੀ ਤਿੱਖੀ ਮੈਨੂੰ ਵੀ ਇਹੀ ਦੱਸਿਆ ਸੀ ਮੁੰਡੇ ਦਾ ਮਨੀ ਐਕਸਚੇਂਜ ਦਾ ਕੰਮ ਹੈ ਪੁੱਛੋ ਕੀ ਕਰਦਾ ਚੌੜਾ ਬਾਜ਼ਾਰ ਵਿੱਚ 100 ਦੇ ਨੋਟ ਲੈ ਕੇ 90 ਦੀ ਚਿੱਲੜ ਦਿੰਦਾ ਤੇ ਮੈਨੂੰ ਵੀ ਵਿਚੋਲੇ ਨੇ ਦੱਸਿਆ ਸੀ ਕਹਿੰਦੇ ਕੁੜੀ ਦੇ ਪਿਓ ਦਾ ਟਿੰਬਰ ਮਰਚੈਂਟ ਹੈ ਲੱਕੜ ਦਾ ਕਾਰੋਬਾਰ ਹੈ ਬਾਅਦ 'ਚ ਪਤਾ ਲੱਗਾ ਜੋਤੀ ਚੌਂਕ ਦਾਤਣਾ ਵੇਚਦਾ ਕੁਕੀ ਜੀ ਦੱਸ ਇਨਫ ਲੈ ਹੁਣ ਨਾਰਾਜ਼ ਹੋ ਗਈ ਚੱਲ ਕੋਈ ਨਾ ਮੈਨੂੰ ਮਨਾਉਣੀ ਆਉਂਦੀ ਹੈ ਗੁਰੂ ਇਹ ਗੱਲ ਦੱਸਾਂ ਜੀ ਭਾਜੀ ਜੋ ਮਰਜ਼ੀ ਹੈ ਮੇਰੀ ਵਾਈਫ ਗਾਉਂਦੀ ਬਹੁਤ ਸੋਹਣਾ ਓਏ ਹੋਏ ਹੋਏ ਹਾਂ ਬਹੁਤ ਸਵੀਟ ਗਾਉਂਦੀ ਹੈ ਉਹ ਤਾਂ ਬੋਲਦੀ ਭਾਵੇਂ ਮਤਲਬ ਲਫਜ਼ਾਂ 'ਚ ਜ਼ਹਿਰ ਬੜਾ ਪਰ ਜਦੋਂ ਨਹੀਂ ਜਦੋਂ ਗਾਉਣ ਫਿਰ ਗਾਉਂਦੀ ਬਹੁਤ ਵਧੀਆ ਵਾਹ ਜੀ ਵਾਹ ਭਾਵੇਂ ਬੋਲਦੀ ਸੁਣੀ ਨਹੀਂ ਜਾਂਦੀ ਪਰ ਗਾਉਂਦੀ ਸੁਣਨ ਨੂੰ ਬਹੁਤ ਜੀ ਕਰਦੀ ਵਾਹ ਜੀ ਮੈਂ ਕੋਈ ਗਾਣਾ ਵਾਲਾ ਨਹੀਂ ਗਾਵਾਂ ਬਸ ਨਹੀਂ ਪਰ ਦੇਖੋ ਜੇ ਗੁਰੂ ਦੇ ਨਾਲ ਡੂਇਟ ਗਾਉਣ ਦਾ ਮੌਕਾ ਮਿਲੇ ਤੇ ਲੋਕੀ ਤੇ ਬੇਹੋਸ਼ ਪਏ ਉੱਠ ਕੇ ਗਾਉਣ ਲੱਗ ਪੈਣਗੇ ਯਾਰ ਗੱਲ ਹੈ ਵਾਹ ਜੀ ਵਾਹ ਇਹ ਬਹੁਤ ਸਮਾਰਟ ਨੇ ਇਹਨਾਂ ਨੂੰ ਪਤਾ ਹੈ
ਕਿਵੇਂ ਮਨਾਈਦਾ ਹੈ? ਅੱਛਾ ਮੈਂ ਕੰਮ ਕਰਦਾ, ਮੈਂ ਤੁਹਾਡੇ ਵੱਲੋਂ ਇਹਨਾਂ ਵਾਸਤੇ ਕੰਮ ਕਰਦਾ। ਓ ਵਾਹ ਜੀ, ਓ ਹਾਏ ਨੀ ਹਾਏ ਨਖਰਾ ਤੇਰਾ ਨੀ, ਹਾਈ ਰੇ ਟੇੜ ਗੱਭਰੂ ਨੂੰ ਮਾਰੇ, ਹਾਏ ਨੀ ਮੁੰਡੇ ਪਾਗਲ ਹੋ ਗਏ ਨੇ, ਤੇਰੇ ਗਿਣ ਗਿਣ ਲੱਕਦੇ ਹੁਲਾਰੇ, ਹਾਏ ਨਖਰਾ ਤੇਰਾ ਨੀ, ਹਾਈ ਰੇ ਟੇੜ ਗੱਭਰੂ ਨੂੰ ਮਾਰੇ, ਹਾਏ ਨੀ ਮੁੰਡੇ ਪਾਗਲ ਹੋ ਗਏ ਨੇ, ਤੇਰੇ ਗਿਣ ਗਿਣ ਲੱਕਦੇ ਹੁਲਾਰੇ। ਹੋ ਤੇਰੀ ਟੇੜੀ ਟੇੜੀ ਤੱਕਣੀ ਕਮਾਲ ਕਰ ਗਈ, ਅੱਖਾਂ ਨੂੰ ਤੂੰ ਸਵਾਲ ਕਰ ਗਈ, ਦਿੱਲੀ ਦੇ ਕਿੰਨੇ ਮਰਦੇ ਨੇ ਤੇ ਕਿੰਨੇ ਪਹਿਲਾਂ ਤੁਮਾਰੇ, ਹਾਏ ਨੀ ਹਾਏ ਨਖਰਾ ਤੇਰਾ ਨੀ, ਹਾਏ ਰੇ ਟੇੜ ਗੱਭਰੂ ਨੂੰ ਮਾਰੇ। ਉਹ ਸੁਣ ਮੇਰੀ ਰਾਨੀ ਰਾਨੀ, ਉਹ ਬਨ ਮੇਰੀ ਰਾਨੀ ਰਾਨੀ, ਸ਼ਾਹਜਹਾਨ ਇਹ ਤੇਰਾ ਤੈਨੂੰ ਮੁਮਤਾਜ ਬਣਾ ਦੂੰਗਾ, ਆਓ ਬਨ ਜਾ ਤੂੰ ਮੇਰੀ ਰਾਨੀ, ਮੈਂ ਤੈਨੂੰ ਮਹਿਲ ਦਵਾ ਦੂੰਗਾ। ਬੜਾ ਪਰਸਨਲ ਕੁਐਸਚਨ, ਆਡੀਅੰਸ ਵੱਲੋਂ ਤਾਂ ਨਹੀਂ? ਨਹੀਂ, ਇਹ ਮੇਰੇ ਵੱਲੋਂ ਕੋਈ ਬਣਾਉਣ ਵਾਲਾ ਨਹੀਂ ਹੈਗਾ। ਗੁਰੂ ਬਹੁਤ ਤਰੱਕੀ ਕਰ ਗਿਆ, ਸਭ ਕੁਛ ਅੱਜ ਕੁਦਰਤ ਦਾ ਦਿੱਤਾ, ਪਰਮਾਤਮਾ ਦਾ ਦਿੱਤਾ, ਸਭ ਕੁਛ ਹੈ। ਔਰ ਬੜੀ ਗੁੱਡ ਨਿਊਜ਼ ਪਿੱਛੇ ਆਈ ਸੀ ਕਿ ਲੈਂਬੋਰਗਿਨੀ ਮਿਲੀ ਹੈ। ਉਹ ਵਾਹ ਜੀ ਵਾਹ। ਲੈਂਬੋਰਗਿਨੀ ਇੱਕ ਡ੍ਰੀਮ ਕਾਰ ਹੁੰਦੀ ਹੈ ਯੂਥ ਦੀ, ਸਪੈਸ਼ਲੀ ਗੁਰੂ ਨੇ ਲਈ ਹੈ। ਬਟ ਇਮਾਨਦਾਰੀ ਨਾਲ ਦੱਸਣਾ, ਅੱਜ ਵੀ ਲੈਂਬੋਰਗਿਨੀ ਚਲਾ ਕੇ ਜ਼ਿਆਦਾ ਮਜ਼ਾ ਆਉਂਦਾ ਕਿ ਪਿੰਡ ਵਾਲਾ ਟਰੈਕਟਰ ਚਲਾ ਕੇ? ਜੇ ਚਲਾਉਣ ਦਾ ਮੌਕਾ ਮਿਲੇ ਲੈਂਬੋਰਗਿਨੀ ਚਲਾਓਗੇ ਕਿ ਪਿੰਡ ਵਾਲਾ ਟਰੈਕਟਰ? ਵੇਖ, ਟਰੈਕਟਰ ਹੀ ਚਲਾਵਾਂਗੇ ਕਿਉਂਕਿ ਉਹਦੇ ਨਾਲ ਇੱਕ ਤਾਂ ਦਾਦਾ ਜੀ ਦੀਆਂ ਯਾਦਾਂ ਜੁੜੀਆਂ ਨੇ, ਦੂਜਾ ਸਾਡਾ ਆਈ ਥਿੰਕ ਜਿਹੜਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜੀ ਰੋਟੀ ਮਿਲੀ ਆ ਉਹ ਟਰੈਕਟਰ ਨੇ ਦਿੱਤੀ ਆ ਖੇਤਾਂ 'ਚ। ਵਾਹ ਵਾਹ ਵਾਹ, ਮੈਂ ਆਹੀ ਸੁਣਨਾ ਸੀ, ਲੈਂਬੋਰਗਿਨੀ ਦੀ ਚਾਬੀ ਫੜਾ ਕਾਕਾ ਲਈ ਚਾਬੀ। ਗੁਰੂ ਰੰਧਾਵਾ ਗੀਤ ਗਾਉਂਦਾ ਤਾਂ ਬਹੁਤ ਸੋਹਣੇ ਆ, ਪਰ ਲਿਖਦਾ ਵੀ ਆਪ ਔਰ ਲਿਖਦਾ ਬਹੁਤ ਸੋਹਣਾ। ਸੋ ਮੈਂ ਜਾਣਨਾ ਚਾਹਾਂਗਾ, ਗੁਰੂ ਰੰਧਾਵਾ ਨੇ ਲਿਖਣਾ ਕਦੋਂ ਸ਼ੁਰੂ ਕੀਤਾ? ਗਾਉਂਦੇ ਗਾਉਂਦੇ ਲਿਖਣਾ ਸ਼ੁਰੂ ਕੀਤਾ, ਆਈ ਥਿੰਕ ਆਈ ਵਾਜ਼ ਇਨ ਕਲਾਸ 7th, 6ਵੀਂ 7ਵੀਂ ਸੀ ਜਦੋਂ ਮੈਂ ਗਾਣੇ ਲਿਖੇ। ਅਤੇ ਫਿਰ ਮੈਂ ਇਹਦੇ ਨਾਲੋਂ ਜ਼ਿਆਦਾ ਹੁਸ਼ਿਆਰ ਸੀ, ਮੈਂ ਨਰਸਰੀ 'ਚ ਲਿਖਣ ਲੱਗ ਪਿਆ ਸੀ, ਊੜਾ ਐੜਾ ਸੱਸਾ। ਬਿਲਕੁਲ ਭਾਈ, ਤੁਸੀਂ ਆਲਵੇਜ਼ ਆਈ ਥਿੰਕ ਆਪਾਂ ਤੁਹਾਨੂੰ ਲੁੱਕ ਅਪ ਟੂ ਕੀਤਾ ਡੇ 1। ਆਪਾਂ ਤੁਹਾਡਾ ਜਿਹੜੇ ਨਾਟਕ ਆਉਂਦੇ ਨੇ ਡੀ ਪੰਜਾਬੀ 'ਤੇ, ਉਸ ਟਾਈਮ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਫੋਲੋ ਕਰੀ, ਸਾਰਾ ਪੰਜਾਬ ਤੁਹਾਡੇ 'ਤੇ ਮਾਣ ਕਰਦਾ ਭਾਈ। ਦੋ ਹੀ ਬੰਦਿਆਂ 'ਤੇ ਮਾਣ ਕਰਦਾ, ਇੱਕ ਮੇਰੇ 'ਤੇ ਅਤੇ ਇੱਕ ਸੁਰਿੰਦਰ 'ਤੇ, ਕਿਉਂਕਿ ਇੰਨਾ ਕਦੀ ਪੁਲਿਸ ਨੇ ਚੋਰ ਨਹੀਂ ਕੁੱਟਿਆ ਜਿਨ੍ਹਾਂ ਨੇ ਤਬਲਾ ਥੱਲੇ ਰੱਖ ਕੇ ਕੁੱਟਿਆ। ਮਿਊਜ਼ਿਕ ਤੁਸੀਂ ਆਪਣੇ ਗੀਤ ਆਪ ਬਣਾਉਂਦੇ ਹੋ? ਮੈਂ ਕੰਪੋਜ਼ ਕਰਦਾ ਭਾਅ ਜੀ। ਅੱਛਾ, ਅਰੇਂਜਮੈਂਟ ਆ ਉਹ ਡਿਫਰੈਂਟ ਡਿਫਰੈਂਟ ਲੋਕ ਕਰਦੇ ਨੇ। ਇਹ ਕੀ ਮਨ 'ਚ ਕੀ ਇਰਾਦਾ ਸੀਗਾ ਕਿ ਲਿਖਣਾ ਵੀ ਆਪ ਹੈ, ਕੰਪੋਜ਼ ਵੀ ਆਪ ਕਰਨਾ, ਗਾਉਣਾ? ਕੋਈ ਇੰਸਪੀਰੇਸ਼ਨ ਸੀ ਜਾਂ ਕੋਈ ਇਨਸਿਕਿਉਰਿਟੀ? ਜਿਨ੍ਹਾਂ ਜਿਨ੍ਹਾਂ ਨੂੰ ਮੈਂ ਸੁਣਿਆ ਉਹ ਸਾਰਿਆਂ ਨੇ ਖੁਦ ਲਿਖਦੇ ਸੀ, ਖੁਦ ਕੰਪੋਜ਼ ਕਰਦੇ ਸੀ, ਖੁਦ ਗਾਉਂਦੇ ਸੀ, ਐਂਡ ਉਹਦੇ ਨਾਲ ਇੱਕ ਸਟਾਈਲ ਆ ਜਾਂਦਾ ਬੰਦੇ ਦਾ ਜਿਹੜਾ ਹੋਰ ਕਿਸੇ ਕੋਲ ਨਹੀਂ ਹੁੰਦਾ। ਕਿਉਂਕਿ ਲਿਰਿਸਿਸਟ ਜਦੋਂ ਗਾਣਾ ਦਿੰਦਾ ਵਾ, ਉਹ ਵੀ ਬਹੁਤ ਵਧੀਆ ਗੱਲ ਆ, ਜਿਹੜੇ ਲਿਰਿਸਿਸਟ ਲਿਖਦੇ ਨੇ ਆਈ ਥਿੰਕ ਉਹਨਾਂ ਨੂੰ ਵੀ ਸਲਿਊਟ ਆ, ਉਹ ਵੀ ਕੰਟਰੀਬਿਊਟ ਕਰ ਰਹੇ ਨੇ ਆਪਣੇ ਆਪਣੇ ਵੱਲੋਂ ਮਿਊਜ਼ਿਕ 'ਚ। ਬਟ ਮੇਰਾ ਸ਼ੁਰੂ ਤੋਂ ਸੀ ਕਿ ਮੈਂ ਖੁਦ ਲਿਖਾਂਗਾ, ਖੁਦ ਗਾਵਾਂਗਾ, ਤਾਂ ਕਿ ਗੁਰੂ ਰੰਧਾਵਾ ਇੱਕੋ ਹੀ ਰਹੇ ਫਿਰ ਲਾਈਫ। ਕਿਆ ਬਾਤ ਹੈ, ਪਰ ਇੱਕ ਗੱਲ ਹੈ, ਗੁਰੂ ਰੰਧਾਵਾ ਦਾ ਹਰ ਗੀਤ ਜਿਹੜਾ ਸੁਪਰ ਹਿੱਟ ਹੁੰਦਾ, ਮਤਲਬ ਮੈਂ ਕਦੇ ਹਜ਼ਾਰਾਂ 'ਚ ਤਾਂ ਵਿਊਜ਼ ਹੀ ਨਹੀਂ ਵੇਖੇ, ਮਤਲਬ ਮਿਲੀਅਨਸ ਦੇ ਵਿੱਚ ਉਹਦੇ ਵਿਊਜ਼ ਔਰ ਲਾਈਕਸ ਔਰ ਕਮੈਂਟਸ ਹੁੰਦੇ ਨੇ। ਹਰ ਗਾਣਾ ਟ੍ਰੈਂਡਿੰਗ ਹੁੰਦਾ, ਹਰ ਚੀਜ਼ ਜਿਹੜੀ ਹੈ ਤੁਹਾਡੀ ਉਹ ਫੋਲੋ ਕੀਤੀ ਜਾਂਦੀ ਹੈ, ਐਪਰੀਸ਼ੀਏਟ। ਇਹ ਕੋਈ ਪੈਕੇਜ ਕੀਤਾ ਹੋਇਆ ਕਿਸੇ ਦੇ ਨਾਲ ਸੁਪਰ ਹਿੱਟ ਦਾ, ਕਿ ਗਿੱਦੜ ਸਿੰਘ ਹੀ ਹੱਥ ਲੱਗੀ ਹੈ ਕੋਈ ਵੀ ਹਰ ਗਾਣਾ ਸੁਪਰ ਹਿੱਟ ਹੋਏਗਾ? ਇਹ ਜਦੋਂ ਤੁਹਾਡੇ ਬਜ਼ੁਰਗਾਂ ਦਾ ਆਸ਼ੀਰਵਾਦ ਹੋਵੇ, ਤੁਹਾਡੇ ਮਾਂ ਬਾਪ ਦਾ ਸਾਥ ਹੋਵੇ, ਤੁਹਾਡੇ ਭਰਾ ਭੈਣ ਨਾਲ ਹੋਣ, ਅਤੇ ਬਾਬੇ ਨਾਨਕ ਦਾ ਹੱਥ ਹੋਏ, ਫਿਰ ਆਈ ਥਿੰਕ ਪਿੱਛੇ ਬੰਦਾ ਮੁੜ ਕੇ ਵਹਿੰਦਾ ਨਹੀਂ ਕਦੇ, ਬੰਦਾ ਗਾਣਾ ਹੀ ਗਾਉਂਦਾ। ਹੁਣ ਜਦੋਂ ਗੱਲ ਚੱਲ ਪਈ ਹੈ ਤਾਂ ਆਡੀਅੰਸ ਦੇ ਵਿੱਚੋਂ ਮੈਨੂੰ ਇਸ਼ਾਰੇ ਵੀ ਆਉਣ ਲੱਗ ਪਏ ਆ ਕਿ ਜਦੋਂ ਗੱਲ ਗੁਰੂ ਰੰਧਾਵਾ ਦੇ ਗੀਤਾਂ ਦੀ ਚੱਲ ਪਈ, ਸੁਪਰ ਹਿੱਟ ਗੀਤਾਂ ਦੀ ਚੱਲ ਪਈ ਹੈ, ਅਤੇ ਸਿਰਫ ਗੱਲ ਹੀ ਨਾ ਰਹੇ, ਲੋਕ ਗੁਰੂ ਰੰਧਾਵੇ ਤੋਂ ਸੁਣਾ ਵੀ ਦਿਓ ਸਾਨੂੰ। ਬਿਲਕੁਲ ਸੁਣਾਵਾਂਗੇ ਗੀਤ। ਉਹ ਝਾਂਜਰਾਂ ਦੇ ਸ਼ੋਰ ਨੇ ਤਬਾਹੀ ਜਿਹੀ ਪਾਈ ਆ, ਉਹ ਪੁੱਛਦੇ ਨੇ ਮੁੰਡੇ ਦੱਸੋ ਕੁੜੀ ਕਿੱਥੋਂ ਆਈ ਆ, ਉਹ ਝਾਂਜਰਾਂ ਦੇ ਸ਼ੋਰ ਨੇ ਤਬਾਹੀ ਜਿਹੀ ਪਾਈ ਆ, ਪੁੱਛਦੇ ਨੇ ਮੁੰਡੇ ਦੱਸੋ ਕੁੜੀ ਕਿੱਥੋਂ ਆਈ ਆ, ਬਣ ਲੱਗਦੀ ਪਟੋਲਾ, ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ, ਤੈਨੂੰ ਸੂਟ ਸੂਟ ਕਰਦਾ, ਉਹ ਤੈਨੂੰ ਸੂਟ ਸੂਟ ਕਰਦਾ, ਆਓ ਸੂਟ ਕਰਦਾ, ਉਹ ਤੈਨੂੰ ਸੂਟ ਸੂਟ ਕਰਦਾ।
ਓਵੇ ਤੂੰ ਲੱਗਦਾ ਪੰਜਾਬੀ ਲੱਗਦਾ ਆ ਗੱਭਰੂ ਲੱਗਦਾ ਆ ਸਾਰਿਆਂ ਤੋਂ ਵੱਖ ਬਈ ਉਹ ਤੈਨੂੰ ਪੱਗ ਸੂਟ ਕਰਦੀ ਦੋਵਾਂ ਨੂੰ ਪੱਗ ਸੂਟ ਕਰਦੀ ਆਓ ਸੂਟ ਕਰਦੀ ਦੋਵਾਂ ਨੂੰ ਪੱਗ ਸੂਟ ਕਰਦੀ ਏਦਾਂ ਦਾ ਮੇਰਾ ਭਰਾ ਹੁੰਦਾ ਨਾ ਜਿਹੜਾ ਵਿਆਹ ਦੇ ਵਿੱਚ ਭੰਗੜਾ ਪਾਉਂਦਾ ਪਾਉਂਦਾ ਹੀ 12-13 ਵਾਰੀ ਗਜਰੇਲਾ ਹੀ ਡੁਲਾ ਦਿੰਦਾ ਇਹੋ ਜਿਹਾ ਮੇਰਾ ਭਰਾ ਹੁੰਦਾ ਜਿਹੜਾ ਮਤਲਬ ਪੂਰੀ ਐਲਬਮ ਦੇ ਵਿੱਚ ਹਰ ਫੋਟੋ 'ਚ ਪਿੱਛੋਂ ਸਿਰ ਕੱਢਿਆ ਹੁੰਦਾ ਉਹ ਕੁੜੀ ਦੀ ਇਕੱਲੇ ਦੀ ਫੋਟੋ ਹੁੰਦੀ ਹੈ ਜਿਹੜੀ ਏਦਾਂ ਮਹਿੰਦੀ ਵਾਲੀ ਉਹਦੇ ਹੱਥਾਂ ਦੇ ਪਿੱਛੋਂ ਵੀ ਚਲੋ ਖੈਰ ਆਪਾਂ ਗੱਲ ਹੋਇਆ ਕਿਹਦੀ ਭੇਟ ਖੁੱਲ ਗਈ ਅੱਛਾ ਤੂੰ ਐਵੇਂ ਪਛਾਣਿਆ ਨਹੀਂ ਧੋਕੇ ਨਾ ਤੁਰਿਆ ਕਰ ਮੈਨੂੰ ਲੱਗਦਾ ਵੀ ਚਾਰ ਲੱਤਾਂ ਲਾ ਰਿਹਾ ਕੋਈ ਅੱਛਾ ਅੱਛਾ ਉਸਤਾਦ ਜੀ ਤੁਸੀਂ ਸਵੇਰ ਦੀ ਅਫਵਾਹ ਬੁਲਾਈ ਸੀਗੀ ਕਿ ਗੁਰੂ ਰੰਧਾਵਾ ਜੀ ਨੇ ਆਣਾ ਆਏ ਨਹੀਂ ਉਹ ਤੇ ਗਰਮ ਮਸਾਲੇ ਵਾਲਿਆਂ ਦਾ ਬਾਬਾ ਬੈਠਾ ਇੱਥੇ ਓ ਮਾਈ ਗੋਡ ਉਸਤਾਦ ਜੀ ਸੱਚੀ ਦਾ ਗੁਰੂ ਰੰਧਾਵਾ ਜੀ ਹੈ ਨਹੀਂ ਹੋਰ ਕਿਦਾਂ ਤੈਨੂੰ ਦੱਸਣ ਸੱਚੀ ਦਾ ਨਹੀਂ ਮੇਰੇ ਕਹਿਣ ਦਾ ਮਤਲਬ ਮੈਂ ਮਾੜਾ ਜਿਹਾ ਟੱਚ ਕਰਕੇ ਦੇਖ ਲਵਾਂ ਚੱਲ ਪੈਰਾਂ ਨੂੰ ਟੱਚ ਕਰਕੇ ਵੇਖਦਾ ਭਰਾਵਾ ਤੈਨੂੰ ਵੀ ਸ਼ਾਇਦ ਕੁਛ ਮਿਲ ਜਾਵੇ ਨਹੀਂ ਨਹੀਂ ਲਾ ਨਾ ਲਈ ਕੁਝ ਇਹ ਲਾ ਲੈਂਦਾ ਹੁੰਦਾ ਪਰ ਬਸ ਬਸ ਬੇਟੇ ਦੂਰੋਂ ਹੀ ਗੁਰੂ ਭਾਅ ਜੀ ਗੱਲ ਇੱਦਾਂ ਹੈ ਕਿ ਜਿੱਦਾਂ ਹੀ ਸਾਡੇ ਸਟੂਡੈਂਟਸ ਨੂੰ ਪਤਾ ਲੱਗਾ ਕਿ ਤੁਸੀਂ ਆ ਰਹੇ ਹੋ ਅਤੇ ਸਾਡੇ ਜਨਰਲ ਸਕੱਤਰ ਸਾਹਿਬ ਅਤੇ ਸਾਡੇ ਪ੍ਰੈਜ਼ੀਡੈਂਟ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਦੱਸੋ ਪਹਿਲਾਂ ਕਿਹਨੂੰ ਬੁਲਾਈਏ ਜੀ ਪਹਿਲਾਂ ਤੁਸੀਂ ਜਨਰਲ ਸੈਕਟਰੀ ਸਾਹਿਬ ਨੂੰ ਬੁਲਾ ਲਓ ਇੱਕ ਮਿੰਟ ਉਹਦੇ ਲਈ ਮੈਨੂੰ ਜਾਣਾ ਪੈਣਾ ਜੀ ਉੱਧਰ ਉਹ ਆਪ ਨਹੀਂ ਆਉਂਦੇ ਇਕੱਲੇ ਨਹੀਂ ਨਹੀਂ ਗੱਲ ਇੱਦਾਂ ਮੈਂ ਜਾਵਾਂਗਾ ਇੱਥੇ ਆਵਾਂਗਾ ਅਤੇ ਮੈਂ ਜਾ ਕੇ ਦੱਸਾਂਗਾ ਤੁਹਾਨੂੰ ਕਿ ਸਵੈਮ ਹੀ ਜਨਰਲ ਸਕੱਤਰ ਹਾਂ ਜੀ ਮੈਂ ਪ੍ਰਧਾਨ ਸਾਹਿਬ ਇਹ ਲੱਗਦਾ ਨਹੀਂ ਜਨਰਲ ਸੈਕਟਰੀ ਕੱਚਾ ਤੋੜ ਲਿਆ ਕਿਸੇ ਨੇ ਝੂਠ ਬਰਦਾਸ਼ਤ ਨਹੀਂ ਹੈ ਪੁੱਛੇ ਝੂਠ ਬਰਦਾਸ਼ਤ ਨਹੀਂ ਹੈ ਭਾਗ ਜਾਊਗਾ ਮੈਂ ਜੇ ਸ਼ੋ ਬੇਰਾ ਹੈ ਔਰ ਮੈਂ ਸ਼ੋ ਕਾ ਪਰਦਾ ਰੂ ਜੈ ਕਾ ਸ਼ਿਕਰੇ ਜੈਕਾਰ ਉਸਤਾਦ ਜੀ ਮਹਾਰਾਜ ਪ੍ਰਧਾਨ ਸਾਹਿਬ ਪੈਰੀ ਪੈਨੇ ਜੀ ਇਹ ਸਵੇਰੇ ਸਵੇਰੇ ਫੇਰ ਛੱਕ ਲਈ ਤੂੰ ਅੱਜ ਜੀ ਕੱਲ੍ਹ ਦੀ ਮਹਾਰਾਜ ਜਾਣ ਸ਼ਰਮ ਕਰ ਲਓ ਦੇਖ ਲਓ ਪ੍ਰਾਹੁਣੇ ਆਏ ਨੇ ਮਹਾਰਾਜ ਰੰਧਾਵਾ ਸਾਹਿਬ ਆਖਰ ਟੱਕਰ ਹੀ ਗਏ ਸਾਲਾਂ ਬਾਅਦ ਮਹਾਰਾਜ ਉਹ ਹੈਲੋ ਹੈਲੋ ਕੀ ਰੰਧਾਵਾ ਸਾਹਿਬ ਉਹ ਤੂੰ ਪੜ੍ਹਦਾ ਰਿਹਾ ਉਹਦੇ ਨਾਲ ਉਹ ਮਹਾਰਾਜ ਪੜ੍ਹਦੇ ਰਹੇ ਆ ਇਹ ਵੀ ਗੁਰਦਾਸਪੁਰ ਪੜ੍ਹੇ ਆ ਮੈਂ ਵੀ ਲੁਧਿਆਣੇ ਪੜ੍ਹਿਆ ਅੱਛਾ ਮਤਲਬ ਗੁਰਦਾਸਪੁਰ ਬਾਹਰ ਨਿਕਲੋ ਕਿ ਲੁਧਿਆਣਾ ਹੀ ਆ ਜਾਂਦਾ ਆ ਵਿੱਚੋਂ ਪੰਜ ਚਾਰ ਸ਼ਹਿਰ ਹੀ ਚੁੱਕ ਲਏ ਸੀ ਮਹਾਰਾਜ ਇਕੱਠੇ ਪੜ੍ਹਦੇ ਰਹੇ ਮਹਾਰਾਜ ਸਾਡਾ ਕੰਬੀਨੇਸ਼ਨ ਦੇਖੋ ਮੈਂ ਵੀ ਨਕਲ ਮਾਰ ਕੇ ਪਾਸ ਹੋਇਆ ਇਹ ਹੁਣ ਦੱਸ ਨਹੀਂ ਸਕਦੇ ਸਟਾਰ ਹੈ ਰਾਜ ਸਾਹਿਬ ਜ਼ਿਆਦਾ ਚਵਲਾ ਨਾ ਮਾਰੋ ਜਿਹੜਾ ਮੇਨ ਕੰਮ ਕਰਨਾ ਹੈ ਉਹ ਕਰੋ ਹਾਂ ਗੱਲ ਇੱਦਾਂ ਉਸਤਾਦ ਜੀ ਹਾਂ ਪ੍ਰੋਡਿਊਸਰ ਸਾਹਿਬ ਆਏ ਆ ਅਮੀਰ ਬੰਦੇ ਆ ਇਹਨਾਂ ਨੂੰ ਫਸਾਉਣ ਮੇਰਾ ਮਤਲਬ ਇਹਨਾਂ ਨੂੰ ਮਨਾਉਣ ਆਏ ਆ ਮੈਂ ਹੋ ਰਿਹਾ ਹੀਰੋ ਲਾਂਚ ਇਹ ਸਾਡੇ ਡਾਇਰੈਕਟਰ ਸਾਹਿਬ ਡਾਇਰੈਕਟਰ ਤਾਂ ਠੀਕ ਹੈ ਉਸ ਤੋਂ ਪਹਿਲਾਂ ਕੈਮਰੇ ਛੋਟੇ ਕਰਾ ਲਓ ਇਹਨੇ ਫਿਲਮ ਬਣਾਉਣੀ ਹੈ ਹਾਂਜੀ ਹਾਂਜੀ ਭਾਜੀ ਇਹ ਪੂਰੀ ਫਿਲਮ ਬਣਾ ਲਏਗਾ ਉਸਤਾਦ ਜੀ ਤੁਸੀਂ ਸਮਝੇ ਨਹੀਂ ਸਾਡੀ ਫਿਲਮ ਹੀ ਸ਼ਾਰਟ ਹੈ ਸ਼ਾਰਟ ਫਿਲਮ ਅੱਜ ਕੱਲ੍ਹ ਉਹੀ ਚੱਲਦੀ ਹੈ ਭਾਜੀ ਹਾਂਜੀ ਹਾਂਜੀ ਉਹੀ ਚੱਲਦੀ ਹੈ ਕਿ ਸ਼ਾਰਟ ਫਿਲਮ ਬਣਾਉਣੀ ਹੈ ਜੀ ਗੁਰੂ ਭਾਜੀ ਫਟਾਫਟ 25 ਲੱਖ ਦਾ ਚੈੱਕ ਦੇ ਦਿਓ ਓਏ ਇੱਧਰ ਆ ਪੰਬੀਰੀ ਹੈ ਇੱਥੇ ਓਏ ਨਿੱਕੇ ਮੂੰਹ ਤੇ ਵੱਡੀ ਐਣਕ ਵਾਲਿਆ ਬਕਵਾਸ ਕਰਨ ਡਿਆ ਤੂੰ ਕਿਹੜੀ ਸ਼ਾਰਟ ਫਿਲਮ ਹੈ ਜਿੱਤੇ 25 ਲੱਖ ਰੁਪਈਆ ਲੱਗਦਾ ਕਿਉਂ ਲੁੱਟ ਰਿਹਾ ਯਾਰ ਤੂੰ ਪ੍ਰਧਾਨ ਇਹ ਮਹਾਰਾਜ ਨਹੀਂ ਮੈਨੂੰ ਲੱਗਦਾ ਇਹਨਾਂ ਨੇ ਇਦਾਂ ਨਹੀਂ ਮੰਨਣਾ ਜਦ ਤੱਕ ਇਹਨਾਂ ਨੂੰ ਪਤਾ ਨਹੀਂ ਲੱਗਦਾ ਨਾ ਸਾਡੇ 'ਚ ਟੈਲੈਂਟ ਕੀ ਹੈ ਅਗਲਾ ਕਿਉਂ ਪੈਸੇ ਲਾਏਗਾ ਤੁਹਾਡੇ ਤੈਨੂੰ ਦੱਸੋ ਤੁਹਾਡੇ ਪੱਲੇ ਕੀ ਹੈ ਤੁਹਾਨੂੰ ਤਾਂ ਪਤਾ ਹੀ ਹੈ ਕਿੰਨਾ ਇਹਨਾਂ 'ਚ ਟੈਲੈਂਟ ਭਰਿਆ ਹੋਇਆ ਘੁੱਟ ਘੁੱਟ ਕੇ ਪ੍ਰਧਾਨ ਸਾਹਿਬ 'ਚ ਮਾਣ ਨਹੀਂ ਕੀਤਾ ਉਸਤਾਦ ਮੈਂ ਤੁਹਾਨੂੰ ਕੀ ਦੱਸਾਂ ਗੁਰੂ ਭਾਜੀ ਪ੍ਰਧਾਨ ਸਾਹਿਬ ਹਰ ਤਰ੍ਹਾਂ ਦੀ ਆਵਾਜ਼ ਕੱਢਣ ਦੇ ਹਰ ਤਰ੍ਹਾਂ ਦੀ ਅੱਛਾ ਜੀ ਇੱਕ ਵਾਰੀ ਸਨੀ ਦਿਓਲ ਦਾ ਡਾਇਲੋਗ ਸੁਣਾ ਦਿਓ ਸਨੀ ਦਿਓਲ ਦਾ ਉਹ ਵਾਲਾ ਡਾਇਲੋਗ ਸੁਣਾਓ ਜੇ 2.5 ਕਿਲੋ ਖਾ ਤੇ ਗਾਤੀਆ ਲੋਹਾ ਪਗਲਾ ਕੇ ਉਸਕਾ ਆਕਾਰ ਬਦਲ ਦਿੱਤਾ ਹੈ ਸਾਗਰ ਮਾਰ ਦੂੰਗਾ ਹਾਂ ਇਹ ਵਾਲਾ ਸਾਹਿਬ ਇਹ ਤਾਂ ਤੂੰ ਕੱਢਤੀ ਉਸਤਾਦ ਓਹੋ ਫਲੋ ਫਲੋ 'ਚ ਪਤਾ ਨਹੀਂ ਲੱਗਾ ਚਲੋ ਕੋਈ ਗੱਲ ਨਹੀਂ ਪ੍ਰਧਾਨ ਸਾਹਿਬ ਨਾਨਾ ਪਾਟੇਕਰ ਦਾ ਸੁਣਾ ਦੋ ਨਾਨਾ ਕ੍ਰਾਂਤੀਵੀਰ ਹਾਂਜੀ ਤੇ ਉਹ ਵਾਲਾ ਸੁਣਾਈਓ ਸਲਾ ਇੱਕ ਮੱਛਰ ਇੱਕ ਮੱਛਰ ਹੋ ਕੀ ਹੋਇਆ ਮੈਨੂੰ ਲੱਗਦਾ ਮੱਛਰ ਫਸ ਗਿਆ ਗੱਲ 'ਚ ਚੱਲ ਠੀਕ ਇੱਕ ਮੱਛਰ ਆਦਮੀ ਕੋ ਹਿਜੜਾ ਬਣਾ ਦਿੱਤਾ ਹੈ ਇੱਕ ਮੱਛਰ ਆਹ ਵਾਲਾ ਸੁਣਾਓ ਪ੍ਰਧਾਨ ਜੀ ਪ੍ਰਧਾਨ ਜੀ ਤੂੰ ਮਾਂ ਆਪਣੀ ਮੋਟਰ ਬੰਦ ਕਰ ਕਈ ਮੈਨੂੰ ਇਹਨਾਂ ਕੱਢੀ ਆਪ ਜਾਂਦਾ ਵੱਜ ਪ੍ਰਧਾਨ ਜੀ ਹੁਣ ਤੁਸੀਂ ਫਲੋ 'ਚ ਹੀ ਨਹੀਂ ਆਉਂਦੇ ਮੇਰੀ ਕੀ ਗਲਤੀ ਇਹਦੇ 'ਚ ਚਲੋ ਛੱਡੋ ਗੁੱਸਾ ਨਹੀਂ ਕਰਨਾ ਪ੍ਰਧਾਨ ਜੀ ਫਲੰਸ ਲੈ ਕੇ ਕੁੱਤੇ ਆਈ ਸਾਜ਼ਿਆਦ ਮੰਗਨੇ ਵਾਲਾ ਸਜਦੇ ਭਰੇ ਬਾਜ਼ਾਰ ਕਾਟ ਕੇ ਫੇਂਕ ਦਿਆ ਪੁਲਿਸ ਨੇ ਕੁਛ ਨਹੀਂ ਕਿਹਾ ਉਸਕੀ ਬੀਵੀ ਮਾਰਤੀ ਪੁਲਿਸ ਸਟੇਸ਼ਨ ਪਰ ਸਰ ਪਟਕ ਪਟਕ ਕੇ ਪਾਗਲ ਹੋ ਗਈ ਪੁਲਿਸ ਨੇ ਕੁਛ ਨਹੀਂ ਕਿਹਾ ਕਿਉਂ ਜਾਂ ਕਿਉਂ ਤੇਰੇ ਜੈਸੇ ਕੁੱਤੇ ਕਾਤਿਆ ਕੇ ਕੁੱਤੇ ਬਣੇ ਹੋਏ ਹੈ ਓਏ
ਓ ਬਸ ਕਰ ਐਵੇਂ ਨਹੀਂ ਕੁੱਟੀ ਦਾ ਨਿੱਕੀ ਭੈਣ ਨੂੰ ਆ ਜਾ ਕੁੜੀਆ ਆ ਜਾ ਉੱਠ ਕੇ ਕੁੜੀ ਤੂੰ ਐਡਾ ਨਾ ਕਰੀ ਬੱਚੇ ਆ ਜਾ ਮੇਰਾ ਬੱਚਾ ਮੈਂ ਗਲਾਏਗਾ ਥੋੜਾ ਜਿਹਾ ਤੂੰ ਤਾਂ ਆਪ ਹੀ ਪਊ ਆਇਆ ਥੋੜੇ ਜਿਹੇ ਸਵਾਲ ਹੈ ਬਿਲਕੁਲ ਫਟਾਫਟ ਪੁੱਛਣੇ ਆ ਮੈਂ ਤੁਹਾਨੂੰ ਬਿਲਕੁਲ ਤੇ ਤੁਸੀਂ ਫਟਾਫਟ ਉਹਦਾ ਮੈਨੂੰ ਆਨਸਰ ਦੇਣਾ ਠੀਕ ਹੈ ਜੀ ਉਹ ਗੋਲੀ ਵਾਲਾ ਬੱਤਾ ਜਿਹੜਾ ਹੁੰਦਾ ਸੀ ਉਹ ਪੀਤਿਆਂ ਨੂੰ ਕਿੰਨੀ ਦੇਰ ਹੋ ਗਈ ਹੈ ਆਈ ਥਿੰਕ ਹੋ ਗਿਆ ਹੁਣ ਸਾਲ ਕਿਤੇ ਹੋਈ ਗਿਆ ਅੱਛਾ ਪਿੰਡ ਜਾਈਦਾ ਪੀਦਾ ਉਦੋਂ ਅੱਛਾ ਅਜੇ ਵੀ ਪੀ ਲੈਂਦੇ ਪਿੰਡ ਬਿਲਕੁਲ ਬਿਲਕੁਲ ਜਦੋਂ ਤਿਆਰ ਸ਼ਿਆਰ ਹੋ ਕੇ ਅੱਜ ਦੀ ਡੇਟ 'ਚ ਵੀ ਕਿਤੇ ਨਿਕਲਣਾ ਹੁੰਦਾ ਹੁਣ ਇਹ ਨਹੀਂ ਕਹਿਣਾ ਮੈਂ ਜਰਾਬਾਂ ਕਿਤੇ ਪਾਉਂਦਾ ਨਹੀਂ ਠੰਡ 'ਚ ਪਾਉਣੀਆਂ ਪੈਂਦੀਆਂ ਜਰਾਬਾਂ ਪਾਈ ਦੀਆਂ ਨਹੀਂ ਉਦੜੀ ਇੱਧੜੀ ਫੱਟੀ ਫੁੱਟੀ ਜਰਾਬ ਪਾਈ ਕਿ ਨਹੀਂ ਕਰੀ ਸੱਚੀ ਨਹੀਂ ਪਹਿਲਾਂ ਪਾਈ ਆ ਬਟ ਹੁਣ ਫੱਟੀ ਨਹੀਂ ਬਟ ਜਰਾਬਾਂ ਕਦੀ ਮੈਚ ਨਹੀਂ ਹੋਈਆਂ ਮੇਰੀਆਂ ਹੁਣ ਅੱਛਾ ਵੱਖੋ ਵੱਖੀ ਮਿਲਦੀ ਹੈ ਜਦੋਂ ਵੀ ਮਿਲਦੀ ਇੱਕੋ ਹੀ ਹੋਰ ਪਾਈ ਹੁੰਦੀ ਹੋਰ ਇਹੀ ਉਹਦਾ ਲੱਗਣਾ ਸ਼ੂਜ਼ ਦੇ ਅੰਦਰ ਕੀ ਪਿਆ ਪੰਜਾਬੀ ਸ਼ੋਅ ਹੈ ਔਰ ਪੰਜਾਬੀ ਕਲਚਰ ਦੀ ਗੱਲ ਕਰਦੇ ਹਾਂ ਪੰਜਾਬੀ ਜ਼ਬਾਨ 'ਚੋਂ ਪੰਜਾਬੀ ਅਦਬ ਦੇ ਵਿੱਚੋਂ ਕੁਛ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਹਾਂਜੀ ਲੋਕਾਂ ਨੂੰ ਗੁਰੂ ਪਤਾ ਨਹੀਂ ਉਹਨਾਂ ਚੀਜ਼ਾਂ ਦਾ ਯਾਰ ਮੇਰਾ ਦਿਲ ਕਰਦਾ ਕਿ ਆਪਣੇ ਸ਼ੋਅ ਦੇ ਜ਼ਰੀਏ ਉਹ ਚੀਜ਼ਾਂ ਵੀ ਪ੍ਰਮੋਟ ਕਰੀਏ ਬਿਲਕੁਲ ਮੈਂ ਕੁਛ ਪੁਰਾਣੀਆਂ ਕਹਾਵਤਾਂ ਜਿਨ੍ਹਾਂ ਨੂੰ ਅਖੌਤਾਂ ਵੀ ਕਹਿ ਦਿੰਦੇ ਹਾਂ ਆਪਾਂ ਮੈਂ ਉਹ ਪੁੱਛਣੀ ਹੈ ਉਹਦੇ ਮਤਲਬ ਦੱਸਣੇ ਆ ਬਿਲਕੁਲ ਜੇ ਆਪਾਂ ਆਡੀਅੰਸ ਨਾਲ ਸ਼ੇਅਰ ਕਰਾਂਗੇ ਪਤਾ ਹੋਣਗੇ ਜ਼ਰੂਰ ਦੱਸਾਂਗੇ ਤੇ ਤੁਸੀਂ ਦੱਸ ਦਿਓ ਕਿ ਸਹੁਰੇ ਜਾਣ ਨੂੰ ਬਾਂਦਰੀ ਅਤੇ ਡੰਡੇ ਖਾਣ ਨੂੰ ਰਿੱਛ ਇਹਦਾ ਕੀ ਮਤਲਬ ਹੁੰਦਾ ਮੈਂ ਸੁਣੀ ਤਾਂ ਹੈਗੀ ਹੈ ਕਹਾਵਤ ਬਟ ਇਹਦਾ ਮੈਨੂੰ ਅੱਜ ਤੱਕ ਆਨਸਰ ਨਹੀਂ ਪਤਾ ਹੁਣ ਇੱਦਾਂ ਇਹ ਡਿਸਕ੍ਰੀਮੀਨੇਸ਼ਨ ਬਾਰੇ ਜਦੋਂ ਅਸੀਂ ਗੱਲ ਕਰਨੀ ਹੁੰਦੀ ਵੀ ਜਦੋਂ ਤਾਂ ਚੰਗਾ ਕੰਮ ਹੁੰਦਾ ਉਦੋਂ ਇਹਨੂੰ ਕਹਿ ਦਿੰਦੇ ਜਾਂ ਇਹਨੂੰ ਮਿਲ ਜਾਂਦਾ ਮਾੜਾ ਮੇਰੇ ਹਿੱਸੇ ਆਉਂਦਾ ਜਦੋਂ ਇਹ ਰੋਸਾ ਕਰਨਾ ਹੋਵੇ ਇਹ ਸ਼ਿਕਾਇਤ ਕਰਨੀ ਹੋਵੇ ਉਦੋਂ ਕਹੀਦਾ ਕਿ ਜਦੋਂ ਮਦਾਰੀ ਰਿੱਛ ਤੋਂ ਜੋ ਵੀ ਕੰਮ ਕਰਾਉਂਦਾ ਡੰਡੇ ਨਾਲ ਕਰਾਉਂਦਾ ਹਨਾ ਉਹਨੂੰ ਡਰਾ ਕੇ ਰਿੱਛ ਡਰਦਾ ਮਾਰਾ ਸਿਰ ਵੀ ਝੁਕਾ ਲੈਂਦਾ ਉਹ ਚੌਂਕੀ 'ਤੇ ਵੀ ਚੜ੍ਹ ਜਾਂਦਾ ਡੰਡੇ ਨਾਲ ਅਤੇ ਜਿਹੜੀ ਬਾਂਦਰੀ ਹੁੰਦੀ ਉਹਦਾ ਸਿਰਫ ਇੱਕੋ ਹੀ ਕੰਮ ਹੈ ਉਹਨੂੰ ਕਹਿਣਾ ਸਜ ਸਜ ਕੇ ਜਾਏਗੀ ਸਸੁਰਾਲ ਜਾਏਗੀ ਜੋ ਬੰਦਰ ਲੈ ਕੇ ਜਾਏਗਾ ਉਸਕੇ ਸਾਥ ਜਾਏਗੀ ਉਹ ਜਾਂਦੀ ਹੈ ਤਿਆਰ ਹੋ ਕੇ ਸਹੁਰ ਉਹ ਬਾਂਦਰੀ ਦਾ ਸਿਰਫ ਇੰਨਾ ਕੰਮ ਹੈ ਤਿਆਰ ਹੋ ਕੇ ਸਹੁਰੇ ਜਾਣਾ ਅਤੇ ਡੰਡੇ ਕਿਹਨੂੰ ਪੈਣੇ ਆ ਇੱਥੇ ਕਹਾਵਤ ਬਣੀ ਸੀ ਵੀ ਸਹੁਰੇ ਜਾਣ ਨੂੰ ਬਾਂਦਰੀ ਅਤੇ ਡੰਡੇ ਖਾਣ ਨੂੰ ਰਿੱਛ ਅਗਲੀ ਕਹਾਵਤ ਹੈ ਜੀ ਇਹ ਬੀਬੀਆਂ ਨੂੰ ਬਹੁਤ ਪਸੰਦ ਆਉਣੀ ਭੈਣ ਜੀ ਤੁਸੀਂ ਧਿਆਨ ਨਾਲ ਸੁਣ ਲਿਓ ਜ਼ਰਾ ਹੈ ਗੱਲੀ ਪਾਤੀ ਮੈਂ ਵੱਡੀ ਕਰਤੂਤੋਂ ਵੱਡੀ ਜਠਾਣੀ ਇਹਦਾ ਕੀ ਮੈਂ ਪਤਾ ਜੀ ਕਿਸੇ ਨੂੰ ਹਾਂਜੀ ਇਹਦਾ ਮਤਲਬ ਹੈ ਕਿ ਜੇ ਗੱਲਾਂ ਬਾਤਾਂ ਨਾਲ ਕੰਮ ਸਾਰਨਾ ਫਿਰ ਤਾਂ ਦਰਾਣੀ ਉਹ ਜੇ ਕੰਮ ਕਰਨ ਦਾ ਟਾਈਮ ਆਉਂਦਾ ਫਿਰ ਜਠਾਣੀ ਵੱਡੀ ਹੋ ਜਾਂਦੀ ਹੈ ਕਿਆ ਬਾਤ ਹੈ ਖੁੱਲ੍ਹ ਕੇ ਤਾਲੀਆਂ ਮਾਰ ਦਿਓ ਜੀ ਉਹਨਾਂ ਨੇ ਬੜਾ ਖੁੱਲ੍ਹ ਕੇ ਜਵਾਬ ਦਿੱਤਾ ਵੈਰੀ ਗੁੱਡ ਵੈਰੀ ਨਾਈਸ ਅਤੇ ਲਓ ਜੀ ਸਾਡੀ ਆਡੀਅੰਸ ਦੇ ਵਿੱਚ ਇੱਕ ਕੰਨਿਆ ਬੈਠੀ ਹੈ ਅੱਛਾ ਜੀ ਉਹ ਕਹਿੰਦੀ ਹੈ ਕਿ ਮੈਂ ਅੱਜ ਇਸ ਪਲੈਟਫਾਰਮ 'ਤੇ ਇਸ ਸ਼ੋਅ ਦੇ ਵਿੱਚ ਗੁਰੂ ਰੰਧਾਵਾ ਨੂੰ ਪ੍ਰਪੋਜ਼ ਕਰਨਾ ਅੱਛਾ ਜੀ ਅਤੇ ਵੇਖੋ ਜੇ ਕੁੜੀ ਦੀ ਲਾਟਰੀ ਨਿਕਲਾਵੇ ਵਿਚਾਰੀ ਦੀ ਪਲੀਜ਼ ਵੈਲਕਮ ਔਨ ਦ ਸਟੇਜ ਉਹ ਤਾਂ ਨਾਲ ਹੀ ਆਈ ਸੀ ਯਾਰ ਹੈਲੋ ਮੋਸਟ ਵੈਲਕਮ ਜੀ ਮੋਸਟ ਵੈਲਕਮ ਪ੍ਰਪੋਜ਼ ਇੱਧਰ ਕਰਨਾ ਨਾ ਮੈਂ ਕਿਹਾ ਮੈਂ ਮੈਰਿਡ ਹਾਂ ਉਹਨੇ ਕਰਨਾ ਵੀ ਉਹਨੇ ਉੱਧਰ ਸੀ ਮੈਂ ਤਾਂ ਆਪਣੀ ਇੱਜ਼ਤ ਬਚਾਈ ਮੈਨੂੰ ਨਾ ਰਾਤ ਨੂੰ ਪਤਾ ਲੱਗਿਆ ਕਿ ਤੁਸੀਂ ਆਉਣ ਵਾਲੇ ਹੋ ਅੱਛਾ ਮੈਂ ਪੂਰੀ ਰਾਤ ਨਹੀਂ ਸੋਈ ਵਾਹ ਪੂਰੀ ਰਾਤ ਸੋਚਦੀ ਰਹੀ ਕਿ ਤੁਹਾਨੂੰ ਦੇਖ ਕੇ ਕਦੇ ਮੇਰਾ ਸਾਹ ਨਾ ਨਿਕਲ ਜਾ ਅਸੀਂ ਐਂਬੂਲੈਂਸ ਮੰਗਾਈ ਹੋਈ ਹੈ ਸਾਨੂੰ ਪਤਾ ਸੀ ਇੱਥੇ ਗੁਰੂ ਰੰਧਾਵਾ ਨੇ ਆਉਣਾ ਤੇ ਪੰਜ ਚਾਰ ਬੇਹੋਸ਼ ਹੋ ਸਕਦੀਆਂ ਨੇ ਸੱਚੀ ਹੋ ਸਕਦੀ ਹੈ ਤੁਹਾਡੀ ਸਮਾਈਲ ਹੈ ਨਾ ਬੜੀ ਕਿਊਟ ਹੈ ਥੈਂਕ ਯੂ ਜੀ ਮੈਂ ਤੁਹਾਨੂੰ ਬਹੁਤ ਚਾਹੁੰਦੀ ਹਾਂ ਅੱਛਾ ਜੀ ਬਹੁਤ ਪਸੰਦ ਕਰਦੀ ਹਾਂ ਥੈਂਕ ਯੂ ਜੀ ਤੁਸੀਂ ਹਾਂ ਕਰ ਦਿਓ ਮੈਂ ਇੱਥੇ ਵਿਆਹ ਕਰ ਲੈਣੀ ਹਾਂ ਇਹ ਹੁਣ ਘਰ ਜਾਂਦਿਆਂ ਤਾਂ ਕਿਤੇ ਪੈਂਦੀਆਂ ਜਾਣੀ ਵਾਹ ਜੀ ਵਾਹ ਥੈਂਕ ਯੂ ਸੋ ਮਚ ਤੁਸੀਂ ਗਾਣਿਆਂ ਨੂੰ ਸੁਣਦੇ ਹੋ ਤੁਸੀਂ ਟਾਈਮ ਦਿੰਦੇ ਹੋ ਅਤੇ ਮੇਕ ਸ਼ੋਰ ਕਰੋ ਤੁਸੀਂ ਇੰਨੀ ਜਿੰਨੀ ਮਿਹਨਤ ਨਾਲ ਮੈਨੂੰ ਪ੍ਰਪੋਜ਼ ਕੀਤਾ ਵਾ ਆਪਣੇ ਮੋਮ ਡੈਡ ਦਾ ਨਾਮ ਵੀ ਰੋਸ਼ਨ ਕਰੋ ਕਿਸੇ ਹੋਰ ਦੇ ਮਨ 'ਚ ਕੋਈ ਰੀਝ ਹੈਗੀ ਤਾਂ ਇਹ ਵੀ ਦੱਸ ਦਿਓ ਹੈਲੋ ਗੁੱਡ ਈਵਨਿੰਗ ਭਾਅ ਜੀ ਗੁੱਡ ਈਵਨਿੰਗ ਕਿੱਦਾਂ ਹਾਂਜੀ ਮੈਂ ਰੈਪ ਕਰਦਾ ਅਤੇ ਤੁਹਾਡੀ ਇੱਕ ਐਲਬਮ ਆਈ ਸੀ ਸਟਾਰਟਿੰਗ 'ਚ ਉਹਦਾ ਇੱਕ ਸੌਂਗ ਸੀ ਛੱਡ ਗਈ ਬਿਲਕੁਲ ਆਈ ਜਸਟ ਵਾਂਟ ਕਿ ਮੈਂ ਉਸ ਗਾਣੇ 'ਚ ਤੁਸੀਂ ਗਾਓ ਔਰ ਮੈਂ ਰੈਪ ਕਰਾਂ ਦੁਬਾਰਾ ਰਿਕਾਰਡ ਕਰਾਉਣਾ ਪਏਗਾ ਸਾਨੂੰ ਜੀ ਕੁਛ ਇੱਦਾਂ ਹੀ ਸਮਝ ਲਓ ਚਲੋ ਆ ਜਾਓ ਜੇ ਵਧੀਆ ਹੋਇਆ ਦੁਬਾਰਾ ਰਿਕਾਰਡ ਕਰਾਵਾਂਗੇ ਗਾਣਾ ਗੁਰੂ ਦਾ ਮੋਸਟ ਵੈਲਕਮ ਬ੍ਰਦਰ ਭਾਅ ਜੀ ਕਰੀਏ ਮੁੰਡੇ ਦਾ ਚੱਕ ਦਿਓ ਚੱਕ ਦਿਓ ਚੱਕ ਦਾ ਰੈਪ ਕਰਦਾ ਹਾਂ ਲੈ ਰੈਪ ਅਪ ਕਰ ਦਿਓ ਸਾਰਾ
मैनू छड़ गई तू अद विचकार तू करके प्यार किया इनकार तेनू लभ गया नवा दिलदार लई ना सार किया इनकार मैनू छड़ गई तू अद विचकार तू करके प्यार किया इनकार जाके ओनू दस दो मैं हजे भी ओनू चावा दिलो दिमाग च बस गई तू हुण की वे तैनू भुलावा गल्लां चुत कीतियां ते नाल लगातार बीतियां सब चेते आंदा मैं भुल ना पांदा मैं ओ हां जो तेरे नाल खड़िया हां कदम ते देगा दित्ता साथ हर साथ ते ना पगिया किन्या ना ते लई लड़िया मगिया तेरे पिछे मैं आ गया मेरी जिंदड़ू पर एक पैसे दी तू कदर ना पाई देगी सानू बेवफाई मैं हक वादा मेरा पूरा कीता तेरे गमाता कुत मैं बीता खुशियां तेरे ना कीतियां सब कुछ तेरे ते लुटाता पर तू की कीता मेरे मुख तो हसी छिली दिल दे टुकड़े हजार कीते दसते कि कता हो गई दसते कि कभी रह गई पल छे क्यों बेगाना करता जान के अनजाना करता बाजी तोड़े नाल कोई नहीं है वो इन्हें नो फाड़ फुड़ के रखो है सैड सॉन्ग ते बाजी पंगड़ा पाई जाने तो यार इन्हें की करिए ना पाओ तू सैड सॉन्ग ते कहना व्याह में जब देखा नहीं था ना जनरेटर दी बाई तेरे चीज आते गुरु का गाना शुरू वैसे कुर्सी तो तड़फन लग पे वैसे पाजी मैं देखा भी कई ऐसे हार्डकोर फैन होंगे ने इदा ने सू भी कई टक्कर होने ने एयरपोर्ट के उत्ते व्याहों के फंक्शन के मतलब कमाल कमाल के फैन टक्कर देने पर मैनू एक फैन नहीं भुलिया बिल्कुल भाजी वर्गा एडा ही तगड़ा फैन सेगा वो कित अचानक मैं विह मिल पाया जिते सगन पान चाहिए इदा की कुर्सी पर बैठे होंगे लाड़ा बोटी और मैं भी सगन पान अजे पहुंचा ही उत्थे मैं सगन पान तो पहले ही पछाण लिया उन्हें भाजी मेरे इधर मेरी वाइफ नु पुछा वो गल सुन आप भाजी नु पछाड़े घुगी भाजी वो जिहड़ा आप इन्हां दी फिल्म देखण गए जिहदे च स्कूटर मैनू उन्हें मेरे 12 के चुटकले सुना के वो लाड़े तो शुरू किया मैनू पार्किंग तक छड़ गया मैं भी फिर सगन नहीं पाया कार च बह के आ गया मैं चंगा मेरे 2100 बचाए कोई इदां दे फैन दे ने मोढे तोड़ छड़ दे बंदे थैंक यू भाजी थैंक यू सो मच सो गुरु ਇਹੋ ਜਿਹੇ ਫੈਨਸ ਦੇ ਵੀ ਸਦਕੇ ਜਾਈਏ ਯਾਰ ਆਰਟਿਸਟ ਸਿਰਫ ਫੈਨਸ ਦੇ ਸਿਰ 'ਤੇ ਹੁੰਦਾ ਆਪਣੇ ਚਾਹੁਣ ਵਾਲਿਆਂ ਦੇ ਸਿਰ 'ਤੇ ਹੁੰਦਾ ਔਰ ਓਨੈਸਟਲੀ ਦੱਸਣਾ ਗੁਰੂ ਕਿਵੇਂ ਲੱਗ ਰਿਹਾ ਸਾਡੇ ਸ਼ੋਅ 'ਚ ਜਾ ਕੇ ਭਾਜੀ ਬਹੁਤ ਵਧੀਆ ਆਈ ਥਿੰਕ ਤੁਹਾਡਾ ਟਾਈਮ ਮਿਲਣਾ ਬੜੀ ਮੁਸ਼ਕਿਲ ਚੀਜ਼ ਆ ਅਤੇ ਤੁਸੀਂ ਟਾਈਮ ਦਿੱਤਾ ਸਾਨੂੰ ਜ਼ਿੰਦਗੀ ਤੇਰੇ ਨਾਲ ਲਿਖ ਸਕਦੇ ਹਾਂ ਛੋਟੀ ਇੰਨਾ ਪਿਆਰਾ ਬੱਚਾ ਯਾਰ ਤੂੰ ਸਾਡੇ ਇਲਾਕੇ ਦਾ ਨਹੀਂ ਥੈਂਕ ਯੂ ਸੋ ਮੱਚ ਆਈ ਥਿੰਕ ਪੰਜਾਬ ਨੂੰ ਬਹੁਤ ਵਧੀਆ ਸ਼ੋਅ ਤੁਸੀਂ ਬਣਾ ਕੇ ਦਿੱਤਾ ਉਹਦੇ ਵਾਸਤੇ ਥੈਂਕ ਯੂ ਸਾਰੀ ਟੀਮ ਦਾ ਬਟ ਸ਼ੋਅ ਤਾਂ ਠੀਕ ਆ ਬਟ ਚਾਹ ਲੈਣ ਗਏ ਸੀ ਭਾਬੀ ਜੀ ਖੁਸ਼ਬੂ ਜੀ ਹਾਂਜੀ ਜੇ ਚਾਹ ਨਹੀਂ ਬਣੀ ਤਾਂ ਫਿਰ ਆ ਜਾਓ ਅੱਛਾ ਇੱਥੇ ਹੁਣ ਬਹਿ ਜਾਓ ਤੁਸੀਂ ਕੋਲ ਬਹਿ ਜਾਓ ਉੱਧਰ ਅਤੇ ਆਪਾਂ ਜਿਹੜਾ ਇੱਕ ਰਸਮ ਪੂਰੀ ਕਰ ਲਈਏ ਗੁਰੂ ਅੱਛਾ ਹਾਂ ਮੈਂ ਇੱਕ ਰਿਕੁਐਸਟ ਕਰਨੀ ਹੈ ਆਈ ਨੋ ਕਿ ਤੁਸੀਂ ਸਾਡੇ ਸੋਲ ਸਪੈਸ਼ਲ ਚੱਲ ਕੇ ਆਏ ਹੋ ਔਰ ਤੁਹਾਨੂੰ ਕਿਸੇ ਚੀਜ਼ ਦੀ ਪਰਮਾਤਮਾ ਨੇ ਕਮੀ ਨਹੀਂ ਰੱਖੀ ਪੈਸੇ ਦੀ ਹੋਰ ਸਾਧਨਾ ਦੀ ਸਭ ਕੁਛ ਹੈਗਾ ਤੁਸੀਂ ਪੰਜਾਬ 'ਚ ਦੇਖਿਆ ਵੀ ਇੱਕ ਰਿਵਾਜ਼ ਹੁੰਦਾ ਲੈਣ ਦੇਣ ਦਾ ਸੋ ਇੱਕ ਛੋਟਾ ਜਿਹਾ ਅਮਾਊਂਟ ਸਿਰਫ 11,000 ਰੁਪਏ ਦਾ ਉਹ ਅੱਛਾ ਜੀ ਅਤੇ ਉਹ ਅਸੀਂ ਦੋਵਾਂ ਮੀਆਂ ਬੀਵੀ ਨੇ ਤੁਹਾਨੂੰ ਰਿਕੁਐਸਟ ਕਰਨੀ ਹੈ ਕਿ ਤੁਸੀਂ ਜਾਣ ਲੱਗਿਆ ਸਾਨੂੰ ਦੇ ਕੇ ਜਾਣਾ ਨਹੀਂ ਅਸੀਂ ਬੇਟੇ ਬੜਾ ਟਾਈਮ ਲਾਇਆ ਤੁਹਾਡੇ 'ਤੇ ਯਾਰ ਗਾਣੇ ਤੁਹਾਡੇ ਸੁਣਦੇ ਉਹਨੇ ਸਾਨੂੰ ਕੀ ਮੁਸੀਬਤ ਪਈ ਜ਼ਰੂਰ ਭਾਜੀ ਛੋਟਾ ਜਿਹਾ ਅਮਾਊਂਟ ਹੈ ਬਿਲਕੁਲ ਬਿਲਕੁਲ ਨਹੀਂ ਬਿਲਕੁਲ ਨਹੀਂ ਫਿਰ ਮਾੜਾ ਜਿਹਾ ਅਸੀਂ ਕੋਈ ਬਹੁਤਾ ਨਹੀਂ ਰੱਖਿਆ ਅਸੀਂ 21-31 ਵੀ ਰੱਖ ਸਕਦੇ ਸੀ ਸਿਰਫ 11,000 ਦਾ ਰੱਖਿਆ ਅਤੇ ਉਹ ਫਿਰ ਦਿਓ ਜ਼ਰਾ ਫਿਰ ਮੈਂ ਨਹੀਂ ਇਹ ਨਹੀਂ ਲੋਕ ਦੇਖ ਰਹੇ ਨੇ ਇਹ ਭਾਜੀ 12 ਕੈਮਰੇ ਲੱਗੇ ਆ ਸਾਰਾ ਕੁਝ ਰਿਕਾਰਡ ਹੋ ਰਿਹਾ ਸਾਰਾ ਕੁਝ ਟੈਲੀਕਾਸਟ ਹੋਣਾ ਲੋਕਾਂ ਦੇਖ ਲੈਣਾ ਖੁਦ ਆਰਟਿਸਟ ਹੋ ਆਰਟਿਸਟ ਦੀ ਜੇਬ 'ਚ ਰੁਪਈਆ ਨਹੀਂ ਹੁੰਦਾ ਇਹ ਮੈਂ ਦੱਸਣਾ ਚਾਹੁੰਦਾ ਸਾਰਿਆਂ ਨੂੰ ਵੀ ਜੇ ਆਰਟਿਸਟ ਇਕੱਲਾ ਕਿਤੇ ਰਹਿ ਜੇ ਜਿਹਦੀ ਟੀਮ ਨਿਕਲ ਜੇ ਤੇ ਆਰਟਿਸਟ ਕੋਲ ਆਟੋ ਰਿਕਸ਼ੇ ਜਿੰਨੇ ਵੀ ਨਹੀਂ ਪੈ ਜਾਂਦੇ ਇਹ ਕੁੱਤੇ ਖਾਣੀ ਤੇ ਮੇਰੇ ਨਾਲ ਵੀ ਕਈ ਵਾਰੀ ਹੋਈ ਹੈ ਨਾਲੇ ਟੋਲ ਤੇ ਜਾ ਕੇ ਵੀ ਬੇਇੱਜ਼ਤੀ ਹੋਈ ਜਦੋਂ ਪੈਸੇ ਨਹੀਂ ਨਿਕਲਦੇ ਇਹ ਗੱਲ ਸੱਚੀ ਹੈ ਭਾਜੀ ਤੇ ਪਰ ਹਾਸੇ 'ਚ ਨਹੀਂ ਪਾਉਣਾ ਗਿਆ ਬਿਲਕੁਲ ਬਿਲਕੁਲ ਭਾਜੀ ਮੈਂ ਤੁਹਾਨੂੰ
ਟ੍ਰਾਂਸਫਰ ਕਰ ਦਾਂਗਾ ਸਿਰਫ ਕੈਸ਼ ਚਾਹੀਦਾ ਬ੍ਰਦਰ ਸਾਡਾ ਕੈਸ਼ ਦਾ ਕੰਮ ਇਦਾਂ ਤੇ ਸਾਡੇ ਕੈਸ਼ ਭਾਜੀ ਕੈਸ਼ ਬਿਲਕੁਲ ਭਜਵਾਵਾਂਗਾ ਪੁਰਾਣੇ 1000 ਦੇ ਨੋਟ ਪਏ ਨੇ ਮੇਰੇ ਕੋਲ ਨਹੀਂ ਯਾਰ ਮੈਂ 100 ਵਾਰੀ ਕਿਹਾ ਚੈਨਲ ਨੂੰ ਇਦਾਂ ਦੇ ਗੈਸਟ ਨਾ ਬੁਲਾਇਆ ਕਰੋ ਘਾਟਾ ਪਵਾਉਂਦੇ ਆ ਸਾਨੂੰ ਦੇਖੋ ਵੈਸੇ ਕੁੱਗੀ ਜੀ ਗੱਲ ਤਾਂ ਹੈਗੀ ਹੈ ਹਾਂ ਗੁਰੂ ਦੇ ਗਾਣਿਆਂ ਦੇ ਅਸੀਂ ਸਾਰੇ ਬਹੁਤ ਵੱਡੇ ਫੈਨ ਹੈਗੇ ਕਿ ਨਹੀਂ ਇੱਕ ਐਕਸੈਪਸ਼ਨ ਕਰ ਸਕਦੇ ਹਾਂ ਸਿਰਫ ਹੈਲੋ ਜੀ ਜੇ ਗੁਰੂ ਸਾਡੇ ਪਸੰਦ ਦਾ ਗਾਣਾ ਗਾਣਗੇ 11,000 ਕੀ ਮੈਂ ਕਹਿੰਦੀ ਹਾਂ 1,00,000 ਵੀ ਮਾਫ ਹੈ ਕਿਉਂ ਕੀ ਕਹਿੰਦੇ ਹੋ ਇਹ ਠੀਕ ਹੈ ਭਾਜੀ ਇਹ ਵੈਸੇ ਕੁਆਟਰ ਤੋਂ ਕੁਆਟਰ ਤੋਂ ਡੀਲ ਹੋ ਗਈ ਮੈਂ ਕੀ ਕਰ ਸਕਦਾ ਇਹਦੇ ਵਿੱਚ ਡੀਲ ਹੈ ਵਧੀਆ ਡੀਲ ਹੈ ਨਾ ਗਾਣਾ ਮੈਂ ਤੁਹਾਡੇ ਪਸੰਦ ਕਿਹੜਾ ਗਾਣਾ ਸੁਣਨਾ ਤੁਸੀਂ ਮੇਰੀ ਸ਼ਾਨ ਵਿੱਚ ਲੱਗਦੀ ਲਾਹੌਰ ਦੀ ਆ ਓ ਘੰਟਾ ਘਰ ਛੋ ਰਾਮ ਬਾਊ ਘੰਟਾ ਘਰ ਆਓ 15 ਠੀਕ ਹੈ ਤੇਰਾ ਦੁਕਾਨ ਖੁੱਲੀ ਛੱਡ ਕੇ ਚੱਲ ਜੀ ਘੰਟਾ ਘਰ ਪੰਜਾਬ ਕਾ ਸਾਰਾ ਮੁੰਡਾ ਦੇਖੋ ਖੇਤੀਬਾੜੀ ਦੁਕਾਨ ਛੋੜ ਕੇ ਕੈਨੇਡਾ ਅਮਰੀਕਾ ਚਲ ਗਿਆ ਬੋਲ ਰਿਹਾ ਦੁਕਾਨ ਨਹੀਂ ਛੋੜ ਕੇ ਜਾ ਸਕਦਾ ਰਿਕਸ਼ਾ ਦੇ ਕੇ ਮਾਰਾ ਮੈਂ ਸਮਝਾ ਮਾਮੂਲੀ ਆਦਮੀ ਹੈ ਬਾਊ ਜੀ ਹਾਂ ਹਮਾਰਾ ਬੜਾ ਬੜਾ ਜੱਟ ਕੇ ਸਾਥ ਉੱਠਣਾ ਬੈਠਣਾ ਹੈ ਉਹ ਜਿੰਨੂੰ ਤੂੰ ਉੱਠਣੀ ਬੈਠਣੀ ਕਹਿੰਦੇ ਉਹਨੂੰ ਦਿਹਾੜੀ ਕਹਿੰਦੇ ਆ ਇਸੀ ਉੱਠਣੀ ਬੈਠਣੀ ਕਹਿ ਰਿਹਾ ਪੰਜਾਬ ਚੱਲ ਰਿਹਾ ਹੈ ਤੁਹਾਰੇ ਭਰੋਸੇ ਹੋਤਾ ਤਾਂ ਕਬ ਕੋ ਬਿਹਾਰ ਬਣ ਗਿਆ ਹੋਤਾ ਉਹ ਲੱਗਦੀ ਲਾਹੌਰ ਦੀਆ ਜਿਸ ਹਿਸਾਬ ਨਾਲ ਹੱਸਦੀ ਆ ਉਹ ਲੱਗਦੀ ਪੰਜਾਬ ਦੀਆ ਜਿਸ ਹਿਸਾਬ ਨਾਲ ਤੱਕਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸ਼ਹਿਰ ਦੀ ਆ ਉਹ ਲੱਗਦੀ ਲਾਹੌਰ ਦੀ ਆ ਜਿਸ ਹਿਸਾਬ ਨਾਲ ਹੱਸਦੀ ਆ ਦਿੱਲੀ ਦਾ ਨਖਰਾਇਆ ਸਟਾਈਲ ਉਹਦਾ ਵੱਖਰਾਇਆ ਬੋਂਬੇ ਦੀ ਗਰਮੀ ਵਾਂਗ ਨੇਚਰ ਉਹਦਾ ਅਥਰਾਇਆ ਲੰਡਨ ਤੋਂ ਆਈ ਲੱਗਦੀ ਆ ਜਿਸ ਹਿਸਾਬ ਨਾਲ ਚੱਲਦੀ ਆ ਲੰਡਨ ਤੋਂ ਆਈ ਲੱਗਦੀ ਆ ਜਿਸ ਹਿਸਾਬ ਨਾਲ ਚੱਲਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸ਼ਹਿਰ ਦੀ ਆ ਉਹ ਲੱਗਦੀ ਲਾਹੌਰ ਥੈਂਕ ਯੂ ਐਵਰੀਬਡੀ ਸੋ ਥੈਂਕ ਯੂ ਸੋ ਵੈਰੀ ਮੱਚ ਗੁਰੂ ਰੰਧਾਵਾ ਔਰ ਤੁਹਾਡੇ ਵਰਗੇ ਕਲਾਕਾਰ ਸਾਡੇ ਸ਼ੋਅ ਦੇ ਵਿੱਚ ਆ ਕੇ ਲੋਕਾਂ ਨੂੰ ਦੱਸਦੇ ਕਿ ਹੱਸਦਿਆਂ ਦੇ ਘਰ ਵਸਦੇ